राहीम असल पी टी वी नेशनल लाइव ट्रांसमिशन अज्ञा मेहमान तो मैं अपनी मेजबान सोनिया शेख प्रोग्रामू सबू खुशामीद कहनी हाँ जिया कहनी हाँ तो वेलकम करनी हाँ उम्मीद करनी कि तुसे सारे जिथे होवोगे खुश होवोगे ते अपना बहुत ध्यान रखते होवोगे अज का दिन मेरा खबीन सलाम जो मुहब्बत इमानदारी वफादारी का पैक करे अज भी हमेशा की तरह असी अपने प्रोग्राम सोनिया सोनीया ਕ੍ਰੋਨੀਆ ਬੁਲਾਈਆਂ ਨੇ ਤੇ ਅੱਜ ਉਹਨਾਂ ਨਾਲ ਅਸੀਂ ਅੱਜ ਦੇ ਦਿਨ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਅਨਦ ਦੀ رائے ਜਾਣਾਂਗੇ ਉਹਨਾਂ ਦੇ ਤਜਰਬਾਤ ਬਾਰੇ ਗੱਲ ਕਰਾਂਗੇ ਅੱਜ ਜਿਹੜੀ ਸਟੂਡੀਓ ਵਿੱਚ ਸਾਡੀ ਪਹਿਲੀ ਮਹਿਮਾਨ ਮੌਜੂਦ ਨੇ ਜਿਨ੍ਹਾਂ ਨੇ ਸਟੂਡੀਓ ਵਿੱਚ ਆ ਕੇ ਸਾਡੇ ਪ੍ਰੋਗਰਾਮ ਵਿੱਚ ਆ ਕੇ ਸਾਡਾ ਮਾਨ ਵਧਾਇਆ ਉਹਨਾਂ ਦਾ ਨਾਮ ਹੈ ਸ਼ਾਜ਼ੀਆ ਸੁਲਮਾਨ ਸਾਹਿਬਾ ਐ ਫਾਰਮਰ ਪ੍ਰੈਜ਼ੀਡੈਂਟ ਨੇ ਊਮਨ ਚੈਂਬਰ ਆਫ ਕਾਮਰਸ ਇੱਥੇ ਦੇ ਨਾਲ ਨਾਲ ਹੈ ਟੂਰਿਜ਼ਮ ਡਿਪਾਰਟਮੈਂਟ ਕੰਪਨੀ ਦੀ ਸੀਈਓ ਨੇ ਤੇ ਨਾਲ ਹੈ ਐਜੂਕੇਸ਼ਨਿਸਟ ਨੇ ਪ੍ਰੋਗਰਾਮ ਇਸ ਤانوں ਜੀ ਆਇਆਂ ਨੂੰ ਕਹਿੰਦੇ ਆ ਬਹੁਤ ਸ਼ੁਕਰੀਆ ਸੋਨੀਆ ਅਸਲਾਮੁਅਲੈਕੁਮ ਉਹਨਾਂ ਦੇ ਨਾਲ ਤਸ਼ਰੀਫ ਰੱਖਦੀਆਂ ਨੇ ਜਹਾਨਾ ਰਾਣਾ ਇਹ ਐਜੂਕੇਸ਼ਨਿਸਟ ਵੀ ਨੇ ਐ ਦੇ ਨਾਲ ਨਾਲ ਇਹ ਮਾਹਰੇ ਨਫਸੀਅਤ ਨੇ ਤਾਨੂੰ ਵੀ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੀ ਆ ਬਹੁਤ ਸ਼ੁਕਰੀਆ ਉਹਨਾਂ ਦੇ ਨਾਲ ਤਸ਼ਰੀਫ ਰੱਖਦੀਆਂ ਨੇ ਜੀ ਸਾਜਦਾ ਅਨਵਾਰ ਸਾਹਿਬਾ ਇਹ ਲੇਡੀ ਇਨਸਪੈਕਟਰ ਵੀ ਨੇ ਤੇ ਸਿਟੀ ਟ੍ਰੈਫਿਕ ਪੁਲਿਸ ਲਾਹੌਰ ਜਿਨੇ ਤਾਨੂੰ ਵੀ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਅਸਲਾਮੁਅਲੈਕੁਮ ਅਸ ਸਾਡੀਆਂ ਖੂਬਸੂਰਤ ਪਰੋਨੀਆਂ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਦਾ سلسلہ ਜਾਰੀ ਰੱਖਾਂਗੇ ਲੇਕਿਨ ਇਹਦੇ ਤੋਂ ਪਹਿਲੇ ਮੈਂ ਇੱਕ ਹੋਰ ਮਹਿਮਾਨ ਨੂੰ ਮਿਲਾਉਂਦੇ ਚਲਾਂ ਤੁਹਾਨੂੰ ਉਹਨਾਂ ਦਾ ਨਾਮ ਹੈ ਜੇ ਸਟੂਡੀਓ 'ਚ ਸਾਡੇ ਨਾਲ ਮੌਜੂਦ ਨੇ ਜ਼ਰਮੀਨਾ ਅਸलम ਕੀ ਹਾਲ ਹੈ ਜ਼ਰਮੀਨਾ ਤੁਹਾਡਾ ਮੈਂ ਬਿਲਕੁਲ ਠੀਕ ਹਾਂ ਜਰਮੀਨਾ ਇੱਕ ਪੇਂਟਰ ਨੇ ਤੇ ਅੱਜ ਜਨਾਂ ਕੋ ਪੁੱਛਨੇ ਆ ਕਿ ਸਾਨੂੰ ਕੀ ਬਣਾ ਕੇ ਵਖਾਨੀਆਂ ਆਪਣੇ ਬਾਰੇ ਵਿੱਚ ਕੁਝ ਦਸੋ ਤੇ ਇਹ ਵੀ ਦੱਸ ਦਿਓ ਕਿ ਅੱਜ ਤੁਸੀਂ ਕੀ ਬਣਾ ਕੇ ਵਹਾਓਗੇ ਸਾਡੇ ਦੇਖਣ ਆ ਜਿਸ ਤਰ੍ਹਾਂ ਮੈਂ ਮੈਂ ਇੱਕ ਪੇਂਟਰ ਆ ਤੇ ਮੈਂ ਇੱਕ ਆਰਟ ਟੀਚਰ ਵੀ ਆ ਅਲ ਹਮਰਾਜ ਮੈਂ ਅੱਜਕਲ ਆਰਟ ਪੜ੍ਹਾ ਰਹੀ ਆ ਪੰਜਾਬ ਯੂਨੀਵਰਸਿਟੀ ਤੋਂ ਮੈਂ ਤਾਲੀਮ ਹਾਸਲ ਕੀਤੀ ਹੈ ਤੇ ਪੰਜਾਬ ਯੂਨੀਵਰਸਿਟੀ ਤੇ ਵੀ ਮੈਂ ਜੌਬ ਕਰਦੀ ਰਹੀ ਆ ਠੀਕ ਹੈ ਤੇ ਅੱਜ ਦਾ ਜਿਵੇਂ ਸਾਡਾ ਟੌਪਿਕ ਹੈ ਉਸ ਦੇ ਹਵਾਲੇ ਨਾਲ ਫੈਮਿਨਿਜ਼ਮ ਤੋਂ ਰਿਲੇਟਿਡ ਮੈਂ ਇਹ ਤੇ ਪੇਂਟ ਕਰਾਂਗੀ ਤੇ ਉਹ انشاءاللہ ਫਿਰ ਨਾਲ-ਨਾਲ ਤੁਸੀਂ ਪੇਂਟਿੰਗ ਵੀ ਦੇਖੋਗੇ ਤਾਂ ਤੁਹਾਨੂੰ ਬਹੁਤ ਅੱਛਾ ਲੱਗੇਗਾ ਸਾਨੂੰ ਵੇਖਣਾ ਤੇ ਅਸੀਂ ਜ਼ਰੂਰ ਦੇਖਣਾ ਚਾਹਾਂਗੇ ਹੁਣ ਮੈਂ ਵਾਪਸ ਆਣੀ ਹੈ ਆਪਣੀਆਂ ਪਰੋਨੀਆਂ ਵੱਲ ਤੇ ਸਭ ਤੋਂ ਪਹਿਲੇ ਸਵਾਲਾਂ ਦਾ ਆਗਾਜ਼ ਮੈਡਮ ਤੁਹਾਡੇ ਤੋਂ ਕਰਨੇ ਆ ਮੈਡਮ ਸ਼ਾਜ਼ੀਆ ਸੁਲਮਾਨ ਸਾਹਿਬਾ ਅੱਛਾ ਅੱਜ ਦੇ ਦਿਨ ਦੇ حوالے ਨਾਲ ਮੈਂ ਇਹ ਗੱਲ ਪੁੱਛਦੀ ਚੱਲਾਂ ਤੁਹਾਡੇ ਕੋਲੋਂ ਕਿ ਅੱਜ ਦੇ ਦਿਨ ਦਾ ਮਕਸਦ ਖਵਾਂਤੀਨ ਦਾ ਆਲਮੀ ਸਤਾਏ ਜੜੀ ਕਾਰਕਟਗੀ ਏ ਉਹਨੂੰ ਸਰਾਹਨਾ ਹੈ ਜਾਂ ਉਹਨੂੰ ਇੱਕ ਸਲਾਮ ਪੇਸ਼ ਕਰਨ ਦੀ ਛੋਟੀ ਜੀ ਕੋਸ਼ਿਸ਼ ਹੈ ਤੁਸੀਂ ਇਹ ਦੱਸੋ ਮੈਡਮ ਤੁਸੀਂ ਇੱਕ ਬਿਜ਼ਨਸ वूमेन ਵੀ ਹੋ ਬਹੁਤ ਡਿਪਾਰਟਮੈਂਟ ਵੀ ਤੁਸੀਂ ਹੈਡ ਵੀ ਹੋ ਤੁਸੀਂ ਕੀ ਦੇਖਿਆ ਔਰਤ ਨੂੰ तमाम ਸ਼ੋਭਿਆਂ ਵਿੱਚ ਕਿਸ ਤਰ੍ਹਾਂ ਪਾਇਆ ਕਿ ਉਹ ਮਰਦਾਂ ਦੇ ਸ਼ਾਨਾ ਬਿਸ਼ਾਨਾ ਚੱਲ ਰਹੀਆਂ ਨੇ ਉਹਨਾਂ ਦੇ ਨਾਲ ਕਿਸ ਤਰ੍ਹਾਂ ਕੰਮ ਕਰ ਰਹੀਆਂ ਨੇ ਜੀ ਬਹੁਤ ਸ਼ੁਕਰੀਆ ਐਂਡ ਇਸ ਪਲੇਟਫਾਰਮ ਤੇ ਬੁਲਾਉਂਦਾ ਤੇ ਖਾਸ ਤੌਰ ਤੇ ਅੱਜ ਜਿਹੜਾ ਖਵਤਿਨ ਦਾ عالمی ਦਿਨ ਮਨਾਇਆ ਜਾ ਰਿਹਾ ਹੈ ਅਸੀਂ ਉਹਨੂੰ ਸੈਲੀਬ੍ਰੇਟ ਕਰ ਰਹੇ ਹਾਂ ਕਾਫੀ ਜ਼ਿਆਦਾ ਫੋਰਮਸ ਦੇ ਉੱਤੇ ਤੇ ਬਾਕੀ ਜਿਹੜਾ ਤੁਸੀਂ ਬੜੇ ਖੂਬਸੂਰਤ ਲਫ਼ਜ਼ਾਂ ਵਿੱਚ ਅੱਜ ਦੇ ਦਿਨ ਨੂੰ ਖਵਤਿਨ ਦੇ ਨਾਮ ਕੀਤਾ ਹੈ ਉਹਦੇ ਵਿੱਚ ਤੁਸੀਂ ਬੜਾ ਕੁਝ ਕਵਰ ਕੀਤਾ ਹੈ ਕਿ ਹਰ ਖਾਤੂਨ ਕਿਸ ਕਿਸ ਤਰੀਕੇ ਨਾਲ ਸਰਾਹਣ ਦੀ ਕਾਬਿਲ ਹੈ ਕਿਸ ਕਿਸ ਜਗ੍ਹਾ ਤੇ ਉਹ ਕੰਮ ਕਰ ਰਹੀ ਹੈ ਤੇ ਮੈਂ ਕਿਉਂਕਿ ਇੱਕ ਬਿਜ਼ਨਸ ਔਮਨ ਹੈ ਤੇ ਮੈਂ ਕੋਈ ਪੈਦਾਈਸ਼ੀ ਬਿਜ਼ਨਸ ਵਿੱਚ ਨਹੀਂ ਹੈਗੀ ਸਭ ਮੇਰਾ ਤੇ ਜਿਹੜਾ ਤਾਲੁਕ ਸੀ ਆਪਣੇ ਪੇਕੇ ਵੱਲੋਂ ਵੀ ਤੇ ਸਸਰਾਲ ਵੱਲੋਂ ਵੀ ਉਹ ਇੱਕ ਸਰਵਿਸ ਵਾਲੇ ਜਿਹੜਾ ਫੈਮਲੀ ਹੁੰਦੀ ਸਾਰੇ ਲੋਕ ਜਿਹੜੇ ਸੀ ਨਾ ਉਹ ਨੌਕਰੀ ਪੇਸ਼ਾ ਸਨ ਤੇ ਫਿਰ ਕੁਝ ਕੋਈ 12 ਸਾਲ ਪਹਿਲੇ احساس ਹੋਇਆ ਕਿ ਨਹੀਂ ਅੱਲਾਹ ਤਾਲਾ ਨੇ ਇਨੀਆਂ ਕੁਝ ਸਲਾਈ ਤਾਂ ਦਿੱਤੀਆਂ ਹੋਈਆਂ ਨੇ ਕਿ ਕਾਰ ਨੂੰ ਸਾਂਭਣ ਤੋਂ ਬਾਅਦ ਤੇ ਬੱਚਿਆਂ ਨੂੰ ਕਾਫਟਰ ਕਰਨ ਤੋਂ ਬਾਅਦ ਤੇ ਕੁਝ ਐਸਾ ਵੀ ਕੀਤਾ ਜਾਵੇ ਕਿ ਤੁਸੀਂ ਮੁਆਸ਼ਰੇ ਦੇ ਵਾਸਤੇ ਵੀ ਕਾਰ ਆਰਾਮਦ ਹੋਵੋ ਆਪਣੇ ਕਾਰ ਵਾਸਤੇ ਵੀ ਇਕਨੋਮਿਕਲ ਵੀ ਇਕਨੋਮੀ ਇਕਨੋਮੀ ਦੇ ਵਿੱਚ ਵੀ ਤੁਸੀਂ ਆਪਣਾ ਹਿੱਸਾ ਪਾਵੋ ਤੇ ਇਹਨਾਂ ਚੀਜ਼ਾਂ ਨੂੰ ਸੋਚਦਿਆਂ ਹੋਇਆ ਕਿ ਮੈਂ ਮੈਨੂੰ ਕੁਝ ਆਪਣੇ ਕੰਮ ਸ਼ੁਰੂ ਕਰਨੇ ਚਾਹੀਦੇ ਨੇ ਤੇ ਮੈਂ ਹੌਲੇ-ਹੌਲੇ ਨਹੀਂ ਕਿ ਇੱਕਦਮ ਤੋਂ ਮੈਂ ਇੱਕ ਐਂਟਰਪ੍ਰੈਨਿਅਰ ਬਣ ਗਈ ਮੈਂ ਹੌਲੇ-ਹੌਲੇ ਛੋਟੇ-ਛੋਟੇ ਪਹਿਲੇ ਜਿਸਾ ਖਵਤਿੰਦਾ ਇੱਕ ਖਾਸ ਸ਼ੌਕ ਹੁੰਦਾ ਕੱਪੜਿਆਂ ਵੱਲ ਉਹਦਾ ਕੋਈ ਛੋਟਾ ਜਿਹਾ ਬਿਜ਼ਨਸ ਕੀਤਾ ਫਿਰ ਕੁਝ ਹੋਰ ਕੋਈ ਕਲਾਸਿਸ ਵਗੈਰਾ ਜੁਆਇਨ ਕੀਤੀਆਂ ਥੋੜਾ ਸਬ ਆਪਣੇ ਆਪ ਨੂੰ ਬਿਹਤਰ ਐਗਜ਼ੀਬਿਸ਼ਨਸ ਕੀਤੀਆਂ ਗਰੂਮ ਕੀਤਾ ਫੇਰ ਮੈਨੂੰ ਕੁਝ ਅੰਦਾਜ਼ਾ ਹੋਇਆ ਸੀ ਕਿ ਜਿਹੜਾ ਮੇਰਾ ਮੈਂ ਟੂਰਿਜ਼ਮ ਸਿਆਹਤ ਦੇ ਸ਼ੋਬੇ ਨਾਲ ਵਬਸਤਾ ਹਾਂ ਤੇ ਇੱਕ ਬੜਾ ਮੁਸ਼ਕਿਲ ਕੰਮ ਸੀ ਤੇ ਮੇਨ ਮੇਲ ਡੋਮਿਨੇਟਿੰਗ ਹੈ ਜਿਹੜਾ ਜ਼ਿਆਦਾ ਸ਼ੋਬਾ ਸੀ ਖਵਤਿਨ ਅਦੇ ਚ ਕੱਟ ਸੰ ਕਰ ਰਹੀਆਂ ਨੇ ਖਵਤਿਨ ਹਾਂਜੀ ਬਟ ਐਜ਼ ਅ ਲਾਇਸੈਂਸਡ ਕੰਪਨੀ ਐਕਸਟੈਕਸਪੀਅਰ ਤੇ ਮੈਨੂੰ ਐਸ ਚੀਜ਼ ਤੋਂ ਇਹਸਾਸ ਹੋਇਆ ਸੀ ਆਪਣੀ ਕੁਝ ਆਰਗੇਨਾਈਜੇਸ਼ਨਸ ਨਾਲ ਕੰਮ ਕਰਦਿਆਂ ਹੋਇਆ ਕਿ ਕੋਈ ਐਸਾ ਪਲੇਟਫਾਰਮ ਖਵਤਿਨ ਵਾਸਤੇ ਨਹੀਂ ਹੈਗਾ ਜਿੱਥੇ ਉਹਨਾਂ ਨੇ ਸਿਆਹਤ ਵਾਸਤੇ ਕਿਰੇ ਜਾਣਾ ਹੋਵੇ ਤੇ ਉਹਨਾਂ ਦੀ ਸਰਵਿਸੇਸ ਵਾਸ ਐਸੀਆਂ ਹੋਣ ਕਿ ਉਹਨਾਂ ਦੇ ਕਾਰ ਵਾਲੇ ਉਹਨਾਂ ਨੂੰ ਭੇਜਦਿਆਂ ਕੋਈ ਦਿੱਕਤ ਮਹਿਸੂਸ ਨਾ ਕਰਨ। ਤੇ ਇਹ ਸੋਚ ਕੇ ਮੈਂ ਆਪਣੀ ਇੱਕ ਟੂਰਿਜ਼ਮ ਕੰਪਨੀ ਬਣਾਈ ਮੇਰੀ ਹਾਲਾਂਕਿ ਐਜੂਕੇਸ਼ਨ ਟੂਰਿਜ਼ਮ ਦੀ ਨਹੀਂ ਸੀ ਮੇਰਾ ਮਾਸਟਰਸ ਇੱਕ ਹੋਰ ਸਬਜੈਕਟ ਵਿੱਚ ਸੀ। ਬਟ ਮੈਂ ਇੱਕ ਚੁੱਕੇ ठान ਲਿਆ ਸੀ ਤੇ ਮੈਂ ਉਹਦੇ ਵਾਸਤੇ ਕੰਮ ਸ਼ੁਰੂ ਕੀਤਾ ਮੈਂ ਆਪਣੀ ਕੰਪਨੀ ਬਣਾਈ ਤੇ ਮੈਂ ਐਜ਼ ਅ ਸੋਲ ਪ੍ਰੋਪਰਾਈਟਰ ਐਜ਼ ਅ ਲੇਡੀ ਲਾਇਸੈਂਸਡ ਕੰਪਨੀ 2008 ਤੋਂ ਕੰਮ ਕਰ ਰਹੀ ਹਾਂ। ਅੱਛਾ ਜ਼ਬਰਦਸਤ ਤੇ ਪੂਰੀ ਦੁਨੀਆ ਦੇ ਵਿੱਚ ਮੇਰੇ ਖਵਤਿਨ ਦੇ ਖਾਸ ਖਵਤਿਨ ਦੇ ਜੁੜੇ ਨੇ ਟੂਰਡਸ ਜਿਹੜੇ ਸਿਆਹਤੀ ਟੂਰਸ ਹੁੰਦੇ ਨੇ ਉਹ ਹੁੰਦੇ ਨੇ ਉਸ ਤੋਂ ਬਾਅਦ ਹੁਣ ਮੇਰੇ ਕੁਝ ਬਿਜ਼ਨਸ ਟੂਰ ਨੇ ਕੁਝ ਥੋੜਾ ਜਿਹਾ ਸੀ ਮੈਡੀਕਲ ਟੂਰਸ ਵੀ ਧਿਆਨ ਕਰ ਰਹੇ ਆ ਤੇ ਮੈਨੂੰ ਮੁਸ਼ਕਿਲਾਂ ਤੇ ਕਾਫੀ ਆਈਆਂ ਕਿਉਂਕਿ ਇੱਕ ਐਸਾ ਮਸ਼ੂਬਾ ਚੁਣਿਆ ਜਿੱਦੇ ਜਿੱਦੇ ਉੱਤੇ ਜ਼ਿਆਦਾ ਮਰਦਾਂ ਦੀ ਹਕਮਰਾਨੀ ਸੀ ਅਸੀਂ ਉਹਦੇ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਅੱਲਾਹ ਤਾਲਾ ਨੇ ਇੱਕ ਮਰਦ ਨੂੰ ਮਰਦਾਂ ਨੂੰ ਕਮਾਂਡ ਦਾ ਹੁਕਮ ਬਣਾਇਆ ਹੁੰਦਾ ਹੈ ਹੈੱਡ ਬਣਾਇਆ ਹੁੰਦਾ ਹੈ ਹਰ ਫੈਮਿਲੀ ਦਾ ਤੇ ਖਵਤਿਨ ਕਿਉਂਕਿ ਹੁਣ ਕੁਝ ਸਾਲਾਂ ਤੋਂ ਬਹੁਤ ਜ਼ਿਆਦਾ ਵਰਕਿੰਗ ਵੂਮਨ ਐਨਵਾਇਰਨਮੈਂਟ ਵੂਮਨ ਦੇ ਸਾਹਮਣੇ ਆਈਆਂ ਨੇ ਤੇ ਉਹਨਾਂ ਨੇ ਮੇਰਾ ਨਹੀਂ خیال ਹੈ ਕਿ ਕੋਈ ਸ਼ੋਭਾ ਛੋੜਿਆ ਹੋਵੇ ਬਹੁਤ ਮੁਸ਼ਕਲ ਪੇਸ਼ ਆਂਦੀ ਹੈ ਬਸ ਬਟ ਅਸੀਂ ਉਸ ਮੁਸ਼ਕਲ ਨੂੰ ਕਿਸ ਤਰ੍ਹਾਂ ਕਵਰ ਕੀਤਾ ਤੁਸੀਂ ਮੇਰਾ ਤਾਰਫ ਕਰਾਇਆ ਕਿ ਮੈਂ ਵੂਮਨ ਚੈਂਬਰ ਆਫ ਕਾਮਰਸ ਦੀ ਇੱਕ ਫਾਰਮਰ ਪ੍ਰੈਜ਼ੀਡੈਂਟ ਆ ਤੇ ਸਾਡਾ ਜਿਹੜਾ ਇਹ ਪਲੇਟਫਾਰਮ ਹੈ ਖਵਤਿਨ ਦਾ ਜਿਹੜਾ ਚੈਂਬਰ ਹੈ ਇਹ ਸਾ ਤੁਹਾਨੂੰ ਸਾਡੇ ਡਰ ਘਟ ਦਿੰਦਾ ਕਿਉਂਕਿ ਇਹਦੀ ਜਿਹੜੀ ਬੁਨਿਆਦ ਹੀ ਰੱਖੀ ਸੀ ਸਾਡੀ ਜਿਹੜੀ ਫਾਊਂਡਰ ਨੇ ਡਾਕਟਰ ਸ਼ੈਲਾ ਜਵੇਦ ਨੇ ਉਹ ਐਸੇ ਵਾਸਤੇ ਰੱਖੀ ਸੀ ਕਿ ਉਹ ਖਵaties ਜਿਹੜੇ ਆਪਣੇ ਛੋਟੇ ਚਾਹੇ ਉਹ ਕਾਟੇਜ ਇੰਡਸਟਰੀ ਚਾਹੋ ਉਹਨਾਂ ਨੂੰ ਕੋਈ ਮਸ਼ਵਰਾ ਚਾਹੀਦਾ ਹੈ ਜਾਂ ਉਹਨਾਂ ਨੂੰ ਕੋਈ ਸਮਾਲ ਬਿਜ਼ਨੈਸਸ ਵਾਸਤੇ ਤਰਫ ਆਂਦੀਆਂ ਨੇ ਤੇ ਉਹਨਾਂ ਨੂੰ ਜਾਂ ਸਿਰਫ ਆਈਡੀਆ ਲੈ ਕੇ ਆਂਦੀਆਂ ਨੇ ਕਰ ਰਹੀਆਂ ਨੇ ਜਾਂ ਕਰਨਾ ਹੈ ਤੇ ਆਈਡੀਆ ਵੀ ਲੈ ਕੇ ਆਂਦੀਆਂ ਨੇ ਤੇ ਸੀ ਉਹਨਾਂ ਨੂੰ ਸਾਰੀ ਗਾਈਡਲਾਈਨ ਕਿ ਇਹ ਇਹ ਮੈਕਮੇ ਦੇ ਵਿੱਚ ਤੁਸੀਂ ਸ਼ੁਰੂ ਕਰਨਾ ਹੈ ਕੰਮ ਐਸ ਮੈਕਮੇ ਚੱਗੇ ਜਾਣਾ ਅਸੀਂ ਤੁਹਾਨੂੰ ਚੈਂਬਰ ਦੇ ਪਲੇਟਫਾਰਮ ਤੋਂ ਉੱਥੇ ਪਹੁੰਚਾਵਾਂਗੇ ਅੱਗੇ ਤੁਸੀਂ ਗੱਲ ਤੇ ਕਨਵਿੰਸ ਕਰਨਾ ਤੁਹਾਡਾ ਕੰਮ ਹੈ ਤੇ ਐਹੋ ਜਿਹੜੇ ਪਲੇਟਫਾਰਮ ਨੇ ਜਿੱਥੇ ਸਿਰਫ ਖਵਤਿਨ ਦੀਆਂ ਆਰਗੇਨਾਈਜੇਸ਼ਨਸ ਨੇ ਤੇ ਉੱਥੇ ਖਾਸ ਖਵਤਿਨ ਦੀ ਬੈਬੂਦ ਤੇ ਤਰੱਕੀ ਵਾਸਤੇ ਕੰਮ ਹੁੰਦਾ ਹੋਵੇ ਤੇ ਕੋਈ ਖਾਤੂਨ ਨੂੰ ਕੰਮ ਕਰਨ ਵਿੱਚ ਮੁਸ਼ਕਿਲ ਜਿਹੜੀ ਪੇਸ਼ ਆਂਦੀ ਹੈ ਉਹਨੂੰ ਬੜੀ ਬਹਾਦਰੀ ਦੇ ਨਾਲ ਸਰਵਾਈਵ ਕਰ ਜਾਂਦੀ ਹੈ ਸਰਵਾਈਵ ਕਰਦੀਆਂ ਨਹੀਂ ਤੇ ਕਰ ਰਹੀਆਂ ਨੇ ਬਹੁਤ ਸ਼ੁਕਰੀਆ ਅੱਛਾ ਹੁਣ ਮੇਰਾ ਸਵਾਲ ਮੈਡਮ ਜਹਾਨਾ ਰਾਣਾ ਸਾਹਿਬ ਤੁਹਾਡੇ ਨਾਲ ਹੈ ਤੁਸੀਂ ਐਜੂਕੇਸ਼ਨਿਸਟ ਵੀ ਹੋ ਤੇ ਮਾਹਿਰੇ ਨਫਸੀਅਤ ਵੀ ਹੋ ਤੁਸੀਂ ਇਹਨਾਂ ਤੋਂ ਸਵਾਲ ਤੋਂ ਮੈਂ ਰਿਲੇਟਡ ਕਰਦੀ ਚੱਲਾਂ ਕਿ ਔਰਤ ਅੱਜ ਹਰ ਕੋਈ ਵੀ ਸ਼ੋਭਾ ਜਿੰਦਗੀ ਹੈ ਤਾਲੀਮ ਹੈ ਸਿਆਸਤ ਹੈ ਸਿਆਹਤ ਹੈ ਉਹਦੇ ਵਿੱਚ ਮਰਦਾਂ ਦੇ ਸ਼ਾਨਾ ਬਿਸ਼ਾਨਾ ਕੰਮ ਕਰ ਰਹੀ ਹੈ ਜ਼ਾਹਰੀ ਜੀ ਦੇ ਲਈ ਉਹਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਉਹ ਇਹਨੂੰ ਕਿਸ ਹੱਦ ਤੱਕ ਕਵਰ ਕਰਦੀਆਂ ਨੇ ਤੇ ਅੱਗੇ ਵਧਦੀਆਂ ਨੇ ਤੇ ਕਿੰਨੀਆਂ ਮਜ਼ਬੂਤ ਹੁੰਦੀਆਂ ਇਸ ਬਾਰੇ ਦੱਸੋ ਅ ਬੜਾ ਅਚਾਹ ਕੁਸਚਨ ਹੈ ਸਭ ਤੋਂ ਪਹਿਲੇ ਤੇ ਹੈਪੀ ਵੂਮਨਸ ਡੇ ਟੂ एवरीवन ਸਾਰੇ ਜਿੰਨੀਆਂ ਵੀ ਦੇਖਣ ਵਾਲੇ ਨੇ ਔਰ ਆਪ ਸਭ ਨੂੰ ਵੀ ਖਵਤਿਨ ਕੋਈ ਵੀ ਅਸੀ ਫੀਲਡ ਨਹੀਂ ਜਿੰਦੇ ਚ ਮਰਦਾਂ ਦੇ ਸ਼ਾਨਾ ਬਿਚਾਨਾ ਨਹੀਂ ਨੇ ਔਰ ਇਹ ਅੱਜ ਦੀ ਗੱਲ ਨਹੀਂ ਕਿ ਹੁਣ ਅਗਰ ਦੁਨੀਆ ਬਹੁਤ ਤਰੱਕੀ ਕਰ ਗਈ ਹੈ ਹੁਣ ਸਾਨੂੰ ਨਜ਼ਰ ਆਨਾ ਸ਼ੁਰੂ ਹੋ ਗਿਆ ਹੈ ਹੁਣ ਨਜ਼ਰ ਆਂਦਾ ਹੈ ਕਿ ਜਿਸ ਤਰ੍ਹਾਂ ਇੱਕ ਟ੍ਰੈਫਿਕ ਪੁਲਿਸ ਥੀ ਵੀ ਪੁਲਿਸ ਦੇ ਵਿੱਚ ਵੀ ਅ ਕਲਮੇ ਟੀਵੀ ਪ੍ਰੋਗਰਾਮ ਦੇਖ ਰਹੀ ਸੀ ਇੱਕ ਸਿੰਧ ਚ ਡੀਆਈਜੀ ਪੁਲਿਸ ਬੈਠੀ ਮੈਨੂੰ ਬਹੁਤ ਅੱਛਾ ਲੱਗਿਆ ਪ੍ਰੈਜ਼ੈਂਸ ਦਾ ਔਰ ਸ਼ੀ ਵਾਸ ਲਾਈਕ ਲੀਡਿੰਗ ਦਾ ਸਪੈਸਿਫਿਕ ਏਰੀਆ ਜਿਹਨੂੰ ਕਿ ਕਦੀ ਬਹੁਤ ਜ਼ਿਆਦਾ ਮਮਨੂਆ ਸਮਝਿਆ ਜਾਂਦਾ ਸੀ ਔਰਤਾਂ ਦੀ ਤਾਲੀਮ ਨੂੰ ਬਹੁਤ ਮਮਨੂਆ ਸਮਝਿਆ ਜਾਂਦਾ ਸੀ ਤੇ ਕੋਈ ਵੀ ਐਸਾ ਫੀਲਡ ਨਹੀਂ ਜਿੰਦੇ ਚ ਖਵਤੀ ਮਰਦਾਂ ਦੇ ਨਾਲ ਲਈ ਨੇ ਬਲਕਿ ਬਹੁਤ ਸਾਰੀ ਐਸੀ ਫੀਲਡਸ ਨੇ ਜਿੰਨੇ ਸਸ ਜਸਰ ਨਫਸੀਅਤ ਹੈ ਮੇਰੀ ਫੀਲਡ ਜਿਹੜੀ ਅਗਰ ਮੇਰੀ ਕਲਾਸ ਚ ਇਟ ਵਾਸ 30 ਵਾਸ ਗਰਲ ਤੇ ਦੋ ਤਿੰਨ ਲੜਕੀ ਹੁੰਦੇ ਨੇ ਕਿਉਂਕਿ ਔਰ ਅਜੇ ਤੱਕ ਇਹ ਰੇਸ਼ਿਓ ਚੱਲ ਰਿਹਾ ਹੈ ਬਹੁਤ ਸਾਰੇ ਐਸੇ ਫੀਲਡਸ ਨੇ ਜਿੰਨੇ ਚ ਖਵਤਿਨ ਬਹੁਤ ਲੀਡ ਕਰ ਰਹੀਆਂ ਨੇ ਹਾਂਜੀ ਫਿਰ ਇਸ ਤੋਂ ਇਲਾਵਾ ਤੁਸੀਂ ਅਗਰ ਆਪਣੇ ਕਿਰੀਲੂ ਨਿਜ਼ਾਮ ਸਾਡੇ ਨੂੰ ਦੇਖੋ ਤੇ ਕੋਈ ਵੀ ਕਾਰ ਦੀ ਕਾਮਯਾਬੀ ਦਾ ਜਿਹੜਾ ਬੇਸਿਕ ਸੀਕ੍ਰੇਟ ਹੈ ਉਹ ਔਰਤ ਹੀ ਹੈ ਔਰ ਜਨਰਲੀ ਅਗਰ ਦੇਖੋ ਕਿਸੇ ਵੀ ਮਰਦ ਦੀ ਕਾਮਯਾਬੀ ਦੇ ਪਿੱਛੇ ਵੀ ਕਿਹਾ ਜਾਂਦਾ ਹੈ ਕਿ ਔਰਤ ਦਾ ਹੱਥ ਹੈ ਤੇ ਕਿਸੇ ਵੀ ਅਸੀਂ ਅ ਪ੍ਰੋਫੈਸ਼ਨ ਚ ਇੱਕ ਰੈਗੂਲਰ ਐਕਟੀਵਿਟੀ ਚ ਡਿਨਾਈ ਨਹੀਂ ਕਰ ਸਕਦੇ ਔਰਤ ਦੀ ਇੰਪੋਰਟੈਂਸ ਨੂੰ ਹਾਂਜੀ ਸਪੈਸੀਫਿਕਲੀ ਜਿਹੜੇ ਫੀਲਡਸ ਨੇ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਕਿੰਨਾ ਜ਼ਿਆਦਾ ਰੋਲ ਪਲੇ ਕਰ ਰਹੀਆਂ ਨੇ ਤੇ ਇਸ ਚੀਜ਼ ਨੂੰ ਤੇ ਹੁਣ ਡਿਫਾਈਨ ਕਰਨਾ ਇਜ਼ ਡਿਫਿਕਲਟ ਬਿਕਾਜ਼ ਔਰਤ ਖੁਦ ਪ੍ਰੀਜ਼ੈਂਟ ਕਰੀ ਆਪਣੇ ਆਪ ਨੂੰ अलबत्ता जी चीज़ थोड़ी जिस चीज़ उन्होंने डिफिकल्टज आने की इस तरह की टेंडेंसी इंडो पार्क एशियन कंट्रे है थोड़ा जहा पोश बइट प्लेटफॉर्म रिक्वायड है सोसायटी एक रॉट प्लेटफॉर्म से जिस तरह इन्होंने बताया कि मेरा सबजैक्ट होम होता ਕਿਉਂਕਿ ਸ਼ੀ ਗਾਟ ਅ ਰਾਈਟ ਪਲੇਟਫਾਰਮ ਜਾਂ ਪੇ ਇਹਨਾਂ ਨੂੰ ਬਹੁਤ ਜ਼ਿਆਦਾ ਅਪ੍ਰੀਸੀਏਸ਼ਨ ਮਿਲੀ ਬੱਕਪ ਕੀਤਾ ਗਿਆ ਐਂਡ ਸ਼ੀ ਇਜ਼ ਹੇਅਰ ਨਾਓ ਲੀਡ ਕਰੀਆਂ ਨੇ ਇੱਕ ਰਿਪਰੈਜ਼ੈਂਟੇਟਿਵ ਨੇ ਤੇ ਜਿੱਥੇ ਵੀ ਔਰਤ ਨੂੰ ਜਾਂ ਬੱਚੀ ਨੂੰ ਇੱਕ ਰਾਈਟ ਪਲੇਟਫਾਰਮ ਮਿਲਦਾ ਹੈ ਇੱਕ ਰਿਪਰੈਜ਼ੈਂਟੇਸ਼ਨ ਮਿਲ ਜਾਂਦੀ ਹੈ ਉਹਨੂੰ ਇੱਕ ਪੁਸ਼ ਮਿਲਦਾ ਹੈ ਉੱਥੇ ਉਹਦੀ ਪਰਫਾਰਮੈਂਸ ਜਿਹੜੀ ਹੈ ਉਹ ਦੂਸਰਾਂ ਤੋਂ ਜ਼ਿਆਦਾ ਇੰਪਰੂਵ ਹੁੰਦੀ ਬਿਲਕੁਲ ਸਹੀ ਹੁਣ ਮੇਰਾ ਸਵਾਲ ਤੁਹਾਡੇ ਨਾਲ ਹੈ ਤੁਸੀਂ ਮੈਨੂੰ ਇਹ ਦੱਸੋ ਕਿ ਮਤਲਬ ਅੱਜ ਦੇ ਦੌਰ ਵਿੱਚ ਅੱਜ ਦੇ ਟਾਈਮ ਤੇ ਤੁਸੀਂ ਇਹ ਪੁਲਿਸ ਦੇ ਸ਼ੋਬੇ 'ਚ ਤੇ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦਾ ਕੀ ਰਿਐਕਸ਼ਨ ਹੁੰਦਾ ਹੈ ਤੇ ਖਵਤਿਨ ਬਨ ਕੇ ਇਸ ਤਰ੍ਹਾਂ ਇਹ ਕੰਮ ਕਰਨਾ ਹੈ ਖਵਤਿਨ ਹੋਣ ਦੇ ਨਾਲ ਤੇ ਤੁਹਾਨੂੰ ਕਿੰਨਾ ਇਹਦੇ 'ਚ ਫਖਰ ਮਹਿਸੂਸ ਹੁੰਦਾ ਹੈ ਕੀ ਮਾਨ ਹੁੰਦਾ ਹੈ ਬਹੁਤ ਅੱਛਾ ਲੱਗਦਾ ਵੇ ਇਸ ਫੀਲਡ 'ਚ ਆ ਕੇ ਇਹਦੇ 'ਚ ਵਰਕਿੰਗ ਕਰਕੇ ਔਰ ਦੂਸਰੇ ਲੋਕਾਂ ਦੀ ਜਿਹੜੀ ਫੀਲਿੰਗਸ ਹੁੰਦੀ ਏ ਉਹ ਵੀ ਬਹੁਤ ਅੱਛੀ ਹੁੰਦੀ ਏ ਕਿ ਵਰਦੀ ਚ ਜਦੋਂ ਵੇਖਦੇ ਨੇ ਲੋਕ ਤੇ ਉਹ ਵੀ ਇਨਸਪਾਇਰ ਹੁੰਦੇ ਨੇ ਇਸ ਫੀਲਡ 'ਚ ਆਨਲੀ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਏ ਇਵਨ ਕਿ ਜਦੋਂ ਅਸੀਂ ਫੀਲਡ ਡਿਊਟੀ ਰੋਡ ਡਿਊਟੀ ਤੇ ਹੁੰਨੇ ਆ ਤੇ ਅਕਸਰ ਲੋਕ ਜਿਹੜੇ ਹੁੰਦੇ ਆ ਸਾਨੂੰ ਰੁੱਕ ਕੇ ਪੁੱਛ ਰਹੇ ਹੁੰਦੇ ਨੇ ਕਿ ਮੈਂ ਆਪਣੀ ਬੇਟੀ ਨੂੰ ਇਸ ਫੀਲਡ 'ਚ ਭੇਜਣਾ ਚਾਹੁੰਦਾ ਕਿ ਇਹਦਾ ਕੀ ਤਰੀਕੇਕਾਰ ਹੈ ਤੁਸੀਂ ਕਿੰਜ ਆਏ ਤੁਨ ਵਰਦੀ ਬਹੁਤ ਸੂਟ ਕਰ ਰਹੀ ਏ ਤੇ ਬੜਾ ਅੱਛਾ ਲੱਗਦਾ ਬੜਾ ਫਖਰ ਫੀਲ ਹੁੰਦਾ ਏ ਯੂਨੀਫਾਰਮ ਪਾਣ ਕੇ ਤੇ ਜਿਹੜਾ ਖਵਤੀਨ ਨੂੰ ਇਸ ਫੀਲਡ ਜਿਹੜੀ ਟਫ ਫੀਲਡ ਸਮਝੀ ਜਾਂਦੀ ਏ ਉਹਦੇ ਵਿੱਚ ਰਿਪਰੈਜ਼ੈਂਟ ਕਰਕੇ ਤੇ ਅੱਛੀ ਵਰਕਿੰਗ ਕਰਕੇ ਬੜਾ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਅੱਛਾ ਤੁਹਾਡੇ ਸਟਾਫ ਵਿੱਚ ਜਾਂ ਜੋ ਜਿੱਥੇ ਇਸ ਟਾਈਮ ਤੁਸੀਂ ਆਨ ਡਿਊਟੀ ਹੋ ਕਿੰਨੀਆਂ ਖਵਤੀਨਸ ਮੌਜੂਦ ਨੇ ਸਾਡਾ ਸਭ ਤੋਂ ਪਹਿਲੇ ਬੈਚ ਆਇਆ ਸੀ ਤਕਰੀਬਨ 140 ਲੇਡੀ ਟਰੈਫਿਕ ਵਾਰਡਨ ਵਾਰਡਨ ਦਾ ਸੀ ਉਸ ਤੋਂ ਬਾਅਦ ਕਿੰਨਾਂ 3-4 ਬੈਚ ਜਿਹੜੇ ਨੇ ਉਹ ਆ ਚੁੱਕੇ ਹੋਏ ਨੇ ਲੇਕਿਨ ਸਭ ਤੋਂ ਪਹਿਲਾ ਬੈਚ ਸਾਡਾ ਸੀ ਅ ਅਸੀਂ ਤਕਰੀਬਨ ਟ੍ਰੈਂਡ ਸੈਟਰ ਆ ਜਿਹੜੇ ਟ੍ਰਾਫਿਕ ਪੁਲਿਸ ਚ ਨਵੀਂ ਫੋਰ ਸਿਕਾਈ ਉਹਦੇ ਵਿੱਚ ਬਾਕੀ ਆਨ ਵਾਲੀਆਂ ਖਵaties ਲਈ ਅਸੀਂ ਜਿਹੜੇ ਨਾ ਉਹ ਰਾਸਤੇ ਖੋਲੇ ਇੱਕ ਅ ਅੱਛੀ ਜਿਹੜੀ ਹੈ ਨਾ ਮਾਹੌਲ ਕ੍ਰੀਏਟ ਕੀਤਾ ਕਿ ਆਨ ਵਾਲਿਆਂ ਲਈ ਜਿਹੜਾ ਨਾ ਉਹ ਆਸਾਨੀ ਇੱਕ ਮਿਸਾਲ ਬਣ ਕੇ ਆਨ ਆਲੀਆਂ ਕੁੜੀਆਂ ਸੇ ਤੇ ਬਹੁਤ ਅੱਛੀ ਮਿਸਾਲ ਹੈ ਔਰ ਬੇਸਿਕਲੀ ਮੇਰਾ ਤਾਲੁਕ ਇੱਕ ਮਤਲਬ ਪੰਜਾਬ ਦੇ ਐਸ ਏਰੀਏ ਨਾਲੇ ਕਿ ਜ਼ਿੰਮੇਦਾਰ ਫੈਮਿਲੀ ਨਾਲੇ ਜਿੱਥੇ ਐ ਸਮਝਿਆ ਜਾਂਦਾ ਵੇ ਕਿ ਜੀ ਜੌਬ ਮੇਲ ਨਹੀਂ ਕਰਨੀ ਫੀਮੇਲ ਕਿਸ ਵਜ੍ਹਾ ਤੋਂ ਕਰਨਗੀਆਂ ਤੇ ਉਸ ਫੈਮਲੀ ਚ ਆ ਕੇ ਜੌਬ ਕਰਨੀ ਔਰ ਡੈਫੀਨਿਟਲੀ ਅਗਰ ਔਰਤ ਕਿਸੇ ਜਗ੍ਹਾ ਤੇ ਵੀ ਕਾਮਯਾਬ ਹੈ ਤੇ ਉਹਦੇ ਪਿੱਛੇ ਮੇਲ ਦਾ ਹੱਥ ਜ਼ਰੂਰ ਹੈ ਚਾਹੇ ਉਹਦਾ ਫਾਦਰ ਹੈ ਚਾਹੇ ਉਹਦਾ ਹਸਬੰਦ ਹੈ ਫੈਮਲੀ ਸਪੋਰਟ ਬੀ ਬਹੁਤ ਮਾਇਨੇ ਰੱਖਦੀ ਹੈ ਬਿਲਕੁਲ ਔਰ ਐ ਵੂਮਨਸ ਡੇ ਦੇ ਮੌਕੇ ਤੇ ਮਤਲਬ ਸੈਲੀਬ੍ਰੇਟ ਇਹਨੂੰ ਕੀਤਾ ਜਾ ਰਿਹਾ ਲੇਕਿਨ ਤੁਸੀਂ ਮੈਂ ਅਗਰ ਇੱਥੇ ਹਾਂ ਵਾ ਤੇ ਇਹ ਵੀ ਪਿੱਛੇ ਸਾਡੇ ਕਿਸੇ ਮਤਲਬ ਮੇਲ ਦੀ ਮਰਦ ਦੀ سپورਟ ਏ ਕੈਸੀ ਐਸ ਫੀਲਡ ਜਾਂ ਇਸ ਤਰ੍ਹਾਂ ਆ ਕੇ ਬੈਠ ਕੇ ਇਸ ਮوضوع ਤੇ ਗੱਲ ਕਰ ਰਹੇ ਆ ਜਾਂ ਜਿਸ ਜਿੰਜ ਮੈਂ ਟ੍ਰੈਫਿਕ ਪੁਲਿਸ ਚਾਂ ਕਿ ਮਤਲਬ ਮੇਰੇ ਫਾਦਰ ਦੀ سپورਟ ਔਰ ਉਸ ਤੋਂ ਬਾਅਦ ਮੇਰੇ ਹਸਬੰਡ ਦੀ سپورਟ ਤੋਂ ਇਸ ਤਰ੍ਹਾਂ ਹੀ ਫਿਰ ਔਰ ਜਿਹੜੀ ਕਾਮਯਾਬ ਹੁੰਦੀ ਬਹੁਤ ਕਾਮਯਾਬ ਹੁੰਦੀ ਤੇ ਇਸ ਤਰ੍ਹਾਂ ਉਹਦਾ ਕੌਨਫੀਡੈਂਸ ਮਜ਼ੀਦ ਵਧਦਾ ਕਿ ਜੇ ਉਹਦੇ ਕਾਰਡ ਦੀ ਉਹਦੇ ਮਾ ਦੀ ਬਾਪ ਦੀ ਕਿਸੇ ਦੀ ਵੀ ਸਪੋਰਟ ਉਹਦੇ ਨਾਲ ਤੇ ਮਜ਼ੀਦ ਗਰੂਮ ਕਰੀ ਬਿਲਕੁਲ ਜਿੰਜੇ ਮੈਂ ਇਸ ਫੀਲਡ ਵਿੱਚ ਆਈ ਸਾਡਾ ਜੋ ਏਰੀਆ ਵੇ ਉਹਦੇ ਵਿੱਚ ਇਨਾ ਐਜੂਕੇਸ਼ਨ ਦੀ ਅਵੇਅਰਨੈਸ ਨਹੀਂ ਸੀ ਫਿਰ ਜੌਬ ਕਰਨਾ ਤੇ ਬਹੁਤ ਦੂਰ ਦੀ ਗੱਲ ਵੇ ਤੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਜਿੰਜੇ ਮੈਨੂੰ ਬੜਾ ਪ੍ਰਾਊਡ ਫੀਲ ਹੁੰਦਾ ਕਿ ਮੈਂ ਇੱਕ ਟ੍ਰੈਂਡ ਸੈਟਰ ਆ ਆਪਣੇ ਉਸ ਏਰੀਆ ਲਈ ਆਪਣੇ ਉਸ ਗੋਂ ਦੇ ਸੈਟਅਪ ਲਈ ਵੀ ਕਿ ਜਿੱਥੇ ਮੇਰੇ ਤੋਂ ਬਾਅਦ ਲੜਕੀਆਂ ਨੂੰ ਅਹਿਸਾਸ ਹੋਇਆ ਕਿ ਅੱਛਾ ਐਜੂਕੇਸ਼ਨ ਸਟੱਡੀ ਹੋਰ ਉਸ ਤੋਂ ਬਾਅਦ ਬੰਦਾ ਅੱਗੇ ਵੀ ਨਿਕਲ ਸਕਦਾ ਹੈ ਕਿਸੇ ਅੱਛੇ ਲੈਵਲ ਤੇ ਅੱਛੇ ਡਿਪਾਰਟਮੈਂਟ ਵਿੱਚ ਜਾ ਕੇ ਜਿਹੜਾ ਨਾ ਜੌਬ ਵੀ ਕਰ ਸਕਦਾ ਵੀ ਆਪਣੀ ਸਲਾਹਾਂ ਦੇ ਮੁਤਾਬਿਕ ਬਿਲਕੁਲ ਸਹੀ ਤੁਸੀਂ ਬਹੁਤ ਖੂਬਸੂਰਤੀ ਨਾਲ ਇਸ ਸਵਾਲ ਦਾ ਜਵਾਬ ਦਿੱਤਾ ਤੇ ਇੱਥੋਂ ਹੀ ਗੱਲ ਜਿਹੜਾ ਨਾ ਅਗਲਾ ਸਵਾਲ ਮੈਂ ਤੁਹਾਡੇ ਕੋਲ ਕਰਾਂਗੀ ਲੇਕਿਨ ਇੱਥੇ ਵੇਲਾ ਹੋਇਆ ਇੱਕ ਨਿੱਕੀ ਜਿਹੀ ਬ੍ਰੇਕ ਦਾ ਤੁਸੀਂ ਕਿਧਿਨੇ ਜਾਣਾ ਅਸੀਂ ਹੁਣੇ ਗਏ ਤੇ ਹੁਣੇ ਆਏ ਜੀ ਪ੍ਰੋਗਰਾਮ ਹੀ ਇੱਕ ਵਾਰੀ ਫੇਰ ਤਾਨੂੰ ਜੀਆਂ ਆ ਨੂੰ ਕਹਿੰਦੇ ਆ ਤੇ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਹੋਇਆ ਆਪਣੇ ਮਹਿਮਾਨਾਂ ਦਾ ਤਾਰਫ ਤੇ ਮੈਂ ਕਰਵਾ ਚੁੱਕੀ ਹਾਂ ਉਹਨਾਂ ਨਾਲ ਫਿਰ ਗੱਲਬਾਤ ਦਾ ਆਗਾਜ਼ ਕਰਨੇ ਆ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਸ਼ਾਜ਼ੀਆ ਸੁਲਮਾਨ ਸਾੜ ਨਾਲ ਬੜੀ ਖੂਬਸੂਰਤ ਗੱਲਬਾਤ ਕਰ ਰਹੇ ਸਨ ਉਹ 10 ਰੇਸਨ ਕਿ ਕਿਸ ਤਰ੍ਹਾਂ ਮਾਸ਼ੇਜ ਔਰਤਾਂ ਜਿਹੜੀਆਂ ਆਪਣਾ ਲੋਹਾ ਮਨਵਾ ਰਹੀਆਂ ਨੇ ਇੱਕ ਬੜੀ ਖੂਬਸੂਰਤ ਇਹਨਾਂ ਨੇ ਇੱਕ ਗੱਲ ਸ਼ੇਅਰ ਕੀਤੀ ਕਿ ਇੱਕ ਔਰਤ ਆਈ ਦੌੜ ਦੀ ਜਿਹੜੀ ਰੇਸ ਹੈ ਉਹਦੇ ਵਿੱਚ ਉਹਨੇ ਮੁਕਾਬਲਾ ਕੀਤਾ ਤੇ ਉਹਨੇ ਕਿਹਾ ਕਿ ਬਈ ਜਦੋਂ ਮੈਂ ਕੁਝ ਹਾਸਿਲ ਕਰ ਲਾਂਗੀ ਤੇ ਫਿਰ ਕਾਟ ਦੇ ਮੈਨੂੰ ਇ ਐ ਦਸੋ ਕਿ ਅੱਜ ਦੇ ਦੌਰ ਵਿੱਚ ਜਦੋਂ ਇੱਕ ਔਰਤ ਪੜ੍ਹੀ ਲਿਖੀ ਵੀ ਹੈ ਤੇ ਸਭ ਕੁਝ ਕਰਨਾ ਚਾਹ ਰਹੀ ਹੈ ਉਹ ਇਲਾਕੇ ਜਿੱਥੇ ਹਾਲੇ ਵੀ ਔਰਤ ਨੂੰ ਥੋੜਾ ਜਿਹਾ ਕਿਹਾ ਜਾਂਦਾ ਹੈ ਕਿ ਭਈ ਇਹਨੇ ਨੌਕਰੀ ਨਹੀਂ ਕਰਨੀ ਜਾਂ ਉਸ ਇਸ ਤਰ੍ਹਾਂ ਨਹੀਂ ਕਰਨਾ ਕਿ ਉਹਨੂੰ ਕਿਸ ਤਰ੍ਹਾਂ ਜ਼ਿੰਦਗੀ ਵਿੱਚ ਅੱਗੇ ਵਧਾਇਆ ਜਾ ਸਕਦਾ ਹੈ ਉਹ ਕਿਸ ਤਰ੍ਹਾਂ ਜੋ ਲੋਕ ਇਸ ਟਾਈਮ ਕਾਰ ਬੈਠੇ ਵੇਖ ਰਹੇ ਨੇ ਉਹਨਾਂ ਨੂੰ ਸਰਕਾਰੀ ਸਤਾ ਤੇ ਕਿਸ ਤਰ੍ਹਾਂ ਐਜੂਕੇਟ ਕੀਤਾ ਜਾਂਦਾ ਹੈ ਤਾਂ ਕਿ ਉਹ ਔਰਤਾਂ ਦੇ ਹਕੂਕ ਸਮਝ ਸਕਣ ਤੇ ਉਹਨਾਂ ਨੂੰ ਜਿਹੜਾ ਨਾ ਉਹ ਮਸਾ ਵੀ ਹਕੂਕ ਦੇ ਸਕਣ ਅਵੇਰਨੈਸ ਕੈਂਪੇਨਸ ਦਾ ਬੇਸਿਕ ਜਿਹੜਾ ਪਰਪਸ ਇਹੋ ਹੀ ਹੁੰਦਾ ਹੈ ਕਿ ਉਹ ਗੱਲਾਂ ਵਾਰੀ ਵੀ ਡਿਸਕਸ ਕੀਤਾ ਜਾਏ ਉਹਨਾਂ ਲੋਕਾਂ 'ਚ ਜਾ ਕੇ ਖਾਸ ਕਰਕੇ ਰੂਰਲ ਏਰੀਆਜ਼ ਦੇ ਵਿੱਚ ਜਾ ਕੇ ਜਿੱਥੇ ਉਹਨਾਂ ਨੂੰ ਇਹ ਨਹੀਂ ਅਵੇਅਰਨੈਸ ਨਹੀਂ ਉਹਨਾਂ ਨੂੰ ਨਹੀਂ ਪਤਾ ਕਿ ਇੰਪੋਰਟੈਂਸ ਕੀ ਹੈ ਔਰ ਵੂਮਨ ਹੈਲਥ ਦੀ ਕਿੰਨੀ ਇੰਪੋਰਟੈਂਸ ਹੈ ਕੁੜਤ ਅਗਰ ਆਪਣਾ ਹਾਈਜੀਨ ਆਪਣੀ ਪਰਸਨਲ ਹਾਈਜੀਨ ਆਪਣੀ ਹੈਲਥ ਆਪਣੀ ਮੈਂਟਲ ਹੈਲਥ ਦੇ ਬਾਰੇ ਚ ਇੱਥੇ ਬੈਠਕਾਰ ਚ ਬੈਠੇ ਬੈਠੇ ਐਜੂਕੇਟ ਕਰ ਸਕਦੀ ਹੈ ਔਰ ਇੱਕ ਐਜੂਕੇਟਿਡ ਔਰਤ ਆਪਣੇ ਪੂਰੀ ਸਰਾਊਂਡਿੰਗ ਨੂੰ ਐਜੂਕੇਟ ਕਰ ਸਕਦੀ ਹੈ ਜਿੰਦੀ ਕਿੰਨੀ ਇੰਪੋਰਟੈਂਟ ਸੇ ਜਦ ਤੱਕ ਇਹ ਅਵੇਅਰਨੈਸ ਔਰ ਉੱਥੇ ਜਾ ਕੇ ਰੈਗੂਲਰ ਲੋਕਲ ਸਤਾ ਦੇ ਉੱਤੇ ਡਿਸਕਸ਼ਨ ਨਹੀਂ ਹੋਏਗੀ ਕਿਉਂਕਿ ਡਿਸਕਸ਼ਨਸ ਵਾਹ ਦੇ ਕੈਸੀਆਂ ਚੀਜ਼ਾਂ ਹੁੰਦੀਆਂ ਨੇ ਟੇਬਲ ਟਾਕ ਜਿਨੂੰ ਅਸੀਂ ਕਹਿੰਦੇ ਨੇ ਜੋ ਬਹੁਤ ਸੇ ਮਸਾਇਲ ਦਾ ਹੱਲ ਹੁੰਦੀਆਂ ਨੇ ਜਿਹੜਾ ਤੁਸੀਂ ਸਭ ਤੋਂ ਪਹਿਲੇ ਐਗਜ਼ਾਮਪਲ ਦਿੱਤੀ ਕਿ ਇੱਕ ਖਾਤੂਨ ਜਿਹੜੀ ਸੀ ਉਹਨੇ ਚੋਰੀਕਾਰ ਤੋਂ ਜਾ ਕੇ ਪਰਫਾਰਮ ਕੀਤਾ ਔਰ ਉਸ ਤੋਂ ਬਾਅਦ ਉਹਨੇ ਕਿਹਾ ਕਿ ਮੈਨੂੰ ਬਾਅਦ ਚ ਇਕਨੋਲਜ ਕਰ કે એક બચ્ચીચ પોટેન્શિયલ હે લેકિન ફેમિલી ચી એકસેપ્ટન્સ નહી હે ઠીક હે ચલો એક 1% હોઈગા કે ઓનદી એકનોલેજમેન્ટ ફેમિલી બાત ચી કર લેગી લેકિન 90% ફેમિલીસ તે ફિર اس طرح دے કેસ ઇસને એકનોલેજ ਵੀ નહી કરતે ના ઓન દે વાસે લડકી વાસે બહોત سارے ઇશ્યુસ ਵੀ ક્રિએટ હો જande ne એક તે અગે ચેલેન્જ હે બહોત જ્યાદા એક ફિઝિકલ ફિઝિકલી કઈ એક્સરસાઇઝિસ અર બહોત સરી યે ચીજા મેન્ટલ સ્ટ્રેસ બહોત ઇમ્પોર્ટન્ટ હે ઉસ જગહ તે જિતھے તાનુ એક કોમ્પિટિશન ચ ਟੈਸਟ ਯੂ ਆਪੀਅਰਿੰਗ ਤੁਸੀਂ ਆਪਣੀਆਂ ਬੱਚੀਆਂ ਨੂੰ ਇੰਨਾ ਜ਼ਿਆਦਾ ਏਤਮਾਦ ਦਿਓ ਖੁਦ ਏਤਮਾਦੀ ਉਹਨਾਂ ਚ ਇੰਨੀ ਹੋ ਰੇ ਹੋਏ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਸਟੈਪ ਉਹਨੇ ਸੋਸਾਇਟੀ ਚ ਜਾ ਕੇ ਲੈਣ ਗਿਆ ਜਾਂ ਜਿਹੜੇ ਵੀ ਕੈਰੀਅਰ ਯੇ ਜਿਹੜਾ ਵੀ ਕੰਮ ਚ ਹੱਥ ਪਾਣਗੇ ਉਹ ਯਕੀਨਨ ਬਿਹਤਰ ਹੋਏਗਾ ਤੁਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਕਿਉਂ ਨਹੀਂ ਗਰੋਮ ਕਰ ਰਹੇ ਜਾਂ ਡਿਵੈਲਪ ਕਰਦੇ ਕਿ ਸਾਨੂੰ ਇਹ ਕੌਨਫੀਡੈਂਸ ਹੋਏ ਕਿ ਇਹ ਸਾਡੇ ਸਭ ਤੋਂ ਫਾਇਦਾ ਹੋਏਗਾ ਬਜਾਏ ਸਾਡੀ ਸੋਸਾਇਟੀ ਚ ਹੈ ਕਿ ਅਸੀਂ ਸੋ ਕਾਲਡ ਕਿਉਂਕਿ ਅਸੀਂ ਡੈਫੀਨੇਟਲੀ ਡਿਵੈਲਪਿੰਗ ਕੰਟਰੀ ਤੇ ਹੈਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਐਕਸੈਪਟ ਵੀ ਕਰ ਲਿਆ ਨੇ ਅਡਾਪਟ ਵੀ ਕਰ ਰਹੇ ਹਾਂ ਬਹੁਤ ਸਾਰੀਆਂ ਚੀਜ਼ਾਂ ਜਿ세 ਮਾਡਰਨ ਵੀ ਹੋ ਗਏ ਆ ਲੇਕਿਨ ਕੁਝ ਪੈਰਾਡਾਈਮਸ ਐਸੇ ਨੇ ਸਾਡੇ ਮੈਂਟਲ ਮੈਪਸ ਜਿਹੜੇ ਜਨਰੇਸ਼ਨ ਟੂ ਜਨਰੇਸ਼ਨ ਸ਼ਿਫਟ ਹੋ ਰਹੇ ਨੇ ਸਾਡੇ ਚ ਠੀਕ ਹੈ ਜਿੰਦੇ ਚ ਸੋ ਕਾਲ ਡਿਜ਼ਰਟ ਇਜ਼ਰਤ ਇਜ਼ ਵੈਰੀ ਮਚ ਰਿਲੇਟਿਡ ਵਿਦ ਫੀਮੇਲ ਜਬਕਿ ਇਜ਼ਰਤ ਇਜ਼ ਇਕੁਅਲੀ ਰਿਲੇਟਿਡ ਵਿਦ ਮੈਨ ਐਸ ਵੈਲ ਤੇ ਉਹਦੇ ਚ ਅਸੀਂ ਇਹ ਕਹਿੰਦੇ ਆ ਕਿ ਇਹ ਵਾਲਾ ਕੰਮ ਨਹੀਂ ਕਰਨਾ ਠੀਕ ਹੈ ਪੁਲਿਸ ਚ ਕਿਉਂ ਜਾਣਾ ਹੈ ਅਜੇ ਵੀ ਬਹੁਤ ਸਾਰੇ ਮੇਰੇ ਐਸੇ ਜਾਣਨ ਵਾਲੇ ਨੇ ਐਸ ਪ੍ਰੋਫੈਸ਼ਨ ਚ ਕਿਉਂ ਜਾਣਾ ਹੈ ਟੀ

ਇਸਲਾਮ ਨੇ ਔਰਤ ਨੂੰ ਦਿੱਤੀ ਹੈ ਕਿਸੇ ਦੁਨੀਆ ਦੇ ਮਜ਼ਹਬ ਨੇ ਨਹੀਂ ਦਿੱਤੀ ਜਿੰਨੀ ਰਿਸਪੈਕਟ ਇਸਲਾਮ ਨੇ ਸਾਨੂੰ ਦਿੱਤੀ ਹੈ ਕਿਸੇ ਹੋਰ ਮਜ਼ਹਬ ਨੇ ਨਹੀਂ ਦਿੱਤੀ ਲੇਕਿਨ ਗੱਲ ਹੈ ਕਿ ਐਕਸੈਪਟੈਂਸ ਸੋਸਾਇਟੀ ਚ ਐਕਸੈਪਟ ਨਹੀਂ ਕੀਤਾ ਜਾਂਦਾ ਅੱਛਾ ਐਕਸੈਪਟੈਂਸ ਦੂਸਰਾ ਮੇਰੇ ਖਿਆਲ ਨਾਲ ਫੈਕਟਰ ਆਫ ਐਜੂਕੇਸ਼ਨ ਇਹ ਵੀ ਬਹੁਤ ਮੈਟਰ ਕਰਦਾ ਕਿਉਂਕਿ ਜ਼ਿਆਦਾਤਰ ਉਹਥੇ ਹੁੰਦਾ ਜਿੱਥੇ ਐਜੂਕੇਸ਼ਨ ਦੀ ਥੋੜੀ ਜੀ ਕਮੀ ਹੋਵੇ ਹਾਂ ਲੇਕਿਨ ਬਹੁਤ ਸਾਰੀ ਐਜੂਕੇਟਿਡ ਫੈਮਿਲੀਸ ਵੀ ਤੁਸੀਂ ਦੇਖੋ ਕਿ ਦੇ ਹੈਵ ਸੈਟ देयर ਨੋਰਮਸ ਕਿ ਅਸੀਂ ਤਾਲੀਮ ਦਵਾ ਦੇਣੀ ਹੈ ਉੱਚੇ ਚ ਉੱਚੇ ਇੰਸਟੀਚਿਊਟ ਚੋਂ ਲੇਕਿਨ ਪਰਫਾਰਮੈਂਸ ਪਰਫਾਰਮ ਨਹੀਂ ਕਰਨ ਦੇਣਾ ਲੜਕੀ ਨੂੰ ਕਿਉਂਕਿ ਲੋਕ ਕੀ ਕਹਿਣਗੇ ਕਿ ਸਾਡੇ ਤੇ ਖਾਨਦਾਨ ਦੇ ਮੁੰਡੇ ਨਹੀਂ ਕੰਮ ਕਰਦੇ ਤੇ ਕੁੜੀਆਂ ਕਿਸ ਤਰ੍ਹਾਂ ਕੰਮ ਕਰਨਗੀਆਂ ਗੱਲ ਹੈ ਕਿ ਕੰਮ ਕਰਨਾ ਬੇਸਿਕਲੀ ਕੰਮ ਕਰਨਾ ਸਾਡੇ ਇੱਥੇ ਸਮਝਿਆ ਜਾਂਦਾ ਹੈ ਕਿ ਇੱਕ ਖਾਸ ਕਲਾਸ ਦਾ ਜਿਹੜਾ ਹੈ ਨਾ ਇਹ ਵਾਲਾ ਹੈ ਉਹ ਹੀ ਕੰਮ ਕਰ ਸਕਦੇ ਨੇ ਅਸੀਂ ਰੂਲ ਕਰ ਸਕਦੇ ਹਾਂ ਜਦੋਂ ਕਿ ਕੰਮ ਕਰਨਾ ਜਿਹੜਾ ਔਰਤਾਂ ਦਾ ਕੰਮ ਕਰਨਾ ਐਨਾ ਇੰਪੋਰਟੈਂਟ ਹੈ ਕਿਸੇ ਵੀ ਸੋਸਾਇਟੀ ਔਰ ਮੁਲਕ ਦੀ ਤਰੱਕੀ ਬਾਰਦੀ ਅਸੀਂ ਮਸਾਲਾ ਦਿੰਨੇ ਆ ਨਾ ਜਿਹੜਾ ਬੰਦਾ ਦੇਖੋ ਤੁਸੀਂ ਜੀ ਅਮਰੀਕਾ ਤੇ ਦੇਖੋ ਯੂਰਪ ਤੇ ਦੇਖੋ ਕੋਈ ਵੀ ਮੁਹਾਜਰ ਮਾਜਰਾ ਜੀ ਬਿਲਕੁਲ ਐਂਜੀ ਸਭ ਤੋਂ ਜ਼ਿਆਦਾ ਜਿਹੜਾ ਰੋਲ ਪਲੇ ਕੀਤਾ ਸਵਾਰਤ ਨੇ ਰੋਲ ਪਲੇ ਕੀਤਾ ਹੈ ਔਰ ਉਸ ਮਾਜਰੇ ਦੀ ਤਰੱਕੀ ਵਿੱਚ ਔਰਤ ਦਾ ਵੀ ਓਨਾ ਹੀ ਹੱਕ ਹੈ ਓਨਾ ਹੀ ਹੱਕ ਹੈ ਔਰ ਖਵਤਿਨ ਜਿਹੜੀਆਂ ਨੇ ਬੇਸਿਕਲੀ ਇੱਕ ਜਿਹੜਾ ਮੈਂ ਕਹਾਂ ਔਰਤਾਂ ਨੂੰ ਵੀ ਥੋੜਾ ਆਪਣੇ ਅੰਦਰ ਚੇਂਜ ਲਿਆਣ ਦੀ ਬੜੀ ਜ਼ਰੂਰਤ ਹੈ ਉਹਨਾਂ ਦੇ ਚਾਏ ਕਿ ਉਹਨਾਂ ਨੂੰ ਵੀ ਟਰਸਟ ਡਿਵੈਲਪ ਕਰਨਾ ਪਏਗਾ ਕਿ ਅਗਰ ਅਸੀਂ ਕੰਮ ਕਰ ਰਹੇ ਹਾਂ ਤੇ ਸਾਡਾ ਜਿਹੜਾ ਮੇਨ ਇੱਕ ਅਸਪੈਕਟ ਹੈ ਜਿਹੜਾ ਸਾਡਾ ਇੱਕ مین ਪਰਪਸ ਹੈ ਆਫ ਲੀਵਿੰਗ ਉਹ ਸਾਡੀ ਫੈਮਿਲੀ ਹੈ ਸਾਡੇ ਬੱਚੇ ਨੇ ਤੇ ਯੂਜੂਲੀ ਜਿਹੜਾ ਜਿਹੜਾ ਇੱਕ ਇਨਸਿਕਿਉਰਟੀ ਡਿਵੈਲਪ ਹੁੰਦੀ ਕਰਾਂ ਦੇ ਵਿੱਚ ਉਹ ਆਉਂਦੀ ਕਿ ਅੱਛਾ ਜੇ ਥਿੰਕ ਵਿਚ ਵਿਲ ਲੈਕ ਮੋਸਟ ਵਾਸ ਕਾਰ ਹੋਏਗਾ ਬੱਚੇ ਡਿਸਟਰਬ ਹੋਣਗੇ ਕਾਰ ਡਿਸਟਰਬ ਹੋਏਗਾ ਰਿਲੇਸ਼ਨਸ਼ਿਪ ਡਿਸਟਰਬ ਹੋਏਗਾ ਤੇ ਔਰਤਾਂ ਕਿਉਂਕਿ ਗੁੱਡ ਮੈਨੇਜਰ ਨੇ ਦੇਕਨ ਮੈਨੇਜ 올 ਆਫ ਥੀਸ ਅਗਰ ਉਹ ਟਰਸਟ ਡਿਵੈਲਪ ਕਰ ਲੈਂਦੇ ਹਰ ਜਗ੍ਹਾ ਤੇ ਔਰਤਾਂ ਡੋਮੀਨੇਟ ਵੀ ਕਰ ਰਹੀਆਂ ਨੇ ਅੱਜ ਦੇ ਦੌਰੇ ਜਿਵੇਂ ਤੁਸੀਂ ਦੱਸਿਆ ਕਿ ਮੇਰੀ ਕਲਾਸ ਇੱਜੀ ਮੈਂ ਅਸੀਂ

ਉਹਦੇ ਰਾਈਟ ਸੋਨ ਉਹਨਾਂ ਤੁਸੀਂ ਅਗਰ ਅਕੋਰਡਿੰਗ ði ਪਰਸਨੈਲਿਟੀ ਅਕੋਰਡਿੰਗ ði ਯੂ ਨੋ ਆਨ ði ਜੋ ਵੀ ਹੈ ਉਹਦੇ ਅਕੋਰਡਿੰਗ ਪੇ ਕਰੋਗੇ ਤੇ ਫਿਰ ਇਹ ਡਿਬੇਟ ਤੇ ਖਤਮ ਹੋ ਗਈ ਖਤਮ ਹੋ ਗਈ ਲੇਕਿਨ ਉਸ ਦੇ ਬਾਵਜੂਦ ਅੱਜ ਵੀ ਪਾਕਿਸਤਾਨ ਵਿੱਚ ਵੀ ਤੇ ਆਲਮੀ ਸਤਾਤੇ ਵੂਮਨ ਦਾ ਡੇ ਨੂੰ ਮਨਾਇਆ ਜਾਂਦਾ ਹੈ ਤੇ ਉਹਨਾਂ ਦੀ ਖਿਦਮਤ ਨੂੰ ਸਰਾਹਿਆ ਜਾਂਦਾ ਹੈ ਇਹਦਾ ਮਤਲਬ ਹੈ ਕਿ ਅਸੀਂ ਕਾਮਯਾਬ ਹੋ ਗਏ ਹਾਂ ਖਵਾਂਤਿਨ ਕਾਮਯਾਬ ਹੋਈਆਂ ਨੇ ਇਸ ਚੀਜ਼ ਤੇ ਤੈਨੂੰ ਸੈਲੀਬ੍ਰੇਟ ਕੀਤਾ ਜਾਂਦਾ ਹੈ ਅੱਛਾ ਮੇਰਾ ਸਵਾਲ ਤੁਹਾਡੇ ਨਾਲ ਹੈ ਜਿਵੇਂ ਇਹਨਾਂ ਨੇ ਗੱਲ ਕੀਤੀ ਬੜੀ ਖੂਬਸੂਰਤੀ ਨਾਲ ਇਹਨਾਂ ਨੇ ਜਵਾਬ ਦਿੱਤਾ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੇ ਇਲਾਕੇ ਦੀ ਤੁਸੀਂ ਦੱਸਿਆ ਕਿ ਮੈਂ ਮਤਲਬ ਵਾਹਿਦ ਖਾਤੂਨ ਸਾਹ ਤੇ ਅੱਜ ਮੈਂ ਉਹਨਾਂ ਸਾਹ ਤੇ ਇੱਕ ਟ੍ਰੈਂਡ ਸੈਟਰ ਆ ਜਦੋਂ ਤੁਸੀਂ ਉਹਨਾਂ ਨਾਲ ਜਾਂਦੇ ਹੋ ਉਹਨਾਂ ਨਾਲ ਮਿਲਦੇ ਹੋ ਤੇ ਫਿਰ ਇਹਦਾ ਕੀ ਉਹਨਾਂ ਤੇ ਅਸਰ ਹੋਇਆ ਉਹ ਕਹਿੰਦੇ ਨੇ ਅੱਜ ਕਿ ਅਸੀਂ ਵੀ ਆਪਣੀ ਬੇਟੀਆਂ ਨੂੰ ਪੜ੍ਹਾਵਾਂਗੇ ਉਹਨਾਂ ਨੂੰ ਵੀ ਜ਼ਿੰਦਗੀ 'ਚ ਕੋਈ ਮਕਾਮ ਦਵਾਂਗੇ ਉਹਦੇ ਬਾਰੇ ਵਿੱਚ ਦੱਸੋ ਜੀ ਸੁਣੀਆ ਜਿੰਝ ਮੈਂ ਦੱਸ ਰਹੀ ਸੀ ਕਿ এডਿਕੇਸ਼ਨ ਦੇ حوالے ਨਾਲ ਅਵੇਅਰਨੈਸ ਨਹੀਂ ਸੀ ਮਤਲਬ ਐਸੀ ਕਿ ਖਵਾਂਤੀ ਨੂੰ ਇੰਨਾ ਕੋ ਪੜਨਾ ਆਂਦਾ ਹੋਵੇ ਜਾਂ ਲਿਖਣਾ ਆਂਦਾ ਹੋਵੇ ਆਪਣਾ ਨਾਮ ਲਿਖ ਸਕਣ ਕੋਈ ਵੀ ਤਹਰੀਰ ਪੜ ਸਕਣ ਇਸ ਤੋਂ ਅੱਗੇ ਕਿ ਨੌਕਰੀਆਂ ਕਰਨੀਆਂ ਨੇ ਮਤਲਬ ਕਿਸ ਵਾਸਤੇ ਪੜਨਾ ਨੌਕਰੀ ਤੇ ਦੂਸਰੀ ਜਿਹੜੀ ਇਹਨਾਂ ਗੱਲ ਕੀਤੀ ਕਿ ਅਗਰ এডਿਕੇਸ਼ਨ ਇਹ ਚ ਅੱਗੇ ਅੱਗੇ ਨਿਕਲ ਵੀ ਜਾਂਦੀਆਂ ਨੇ ਫਿਰ ਉਹਨਾਂ ਨੂੰ ਜੌਬ ਨਹੀਂ ਕਰਨ ਦਿੱਤੀ ਜਾਂਦੀ ਫਿਰ ਜਿੰਝ ਡਿਫਰੈਂਟ ਟੈਸਟ ਨੇ ਜਿੰਝ ਪੁਲਿਸ ਲਈ ਜਾਂ ਆਰਮੀ ਲਈ ਜਾਂ ਯੂਨੀਫਾਰਮ ਫੋਰਸਿਜ਼ ਲਈ ਬੜੇ ਡਿਫਿਕਲਟ ਟੈਸਟ ਹੁੰਦੇ ਨੇ ਤੁਹਾਡੇ ਫਿਜ਼ੀਕਲ ਟੈਸਟ ਬੜੇ ਡਿਫਿਕਲਟ ਹੁੰਦੇ ਨੇ ਰਨਿੰਗ ਜਿਹੜੀ ਉਹ ਬੜੀ ਡਿਫਿਕਲਟ ਹੁੰਦੀ ਉਹਦੇ ਵਿੱਚੋਂ ਨਿਕਲ ਕੇ ਇਵਨ ਕਿ ਐਂਡ ਤੇ ਜਦੋਂ ਫਾਈਨਲ ਲਿਸਟ ਵਿੱਚ ਵੀ ਨਾ ਆ ਜਾਂਦਾ ਖਵਤਿਰ ਨੂੰ ਮੈਂ ਖੁਦ ਜਾਣਨੀ ਆ ਕਿ ਇੰਜ ਕੀਤਾ ਜਾਂਦਾ ਉਹਦੀ ਫੈਮਿਲੀ ਦੀ ਤਰਫੋਂ ਨੂੰ ਸਪੋਰਟ ਨਹੀਂ ਹੁੰਦੀ ਕਿ ਉਹ ਉਹਦੇ ਵਿੱਚ ਆਪਣੀ ਫੀਲਡ ਵਿੱਚ ਅੱਗੇ ਜਾ ਸਕਣ ਤਾਂ ਬੜੀ ਬਦਕਿਸਮਤੀ ਵੇ ਦੂਸਰਾ ਹੋਣ ਜਿਹੜਾ ਉੱਥੇ ਹੈ ਵੇ ਕਿ ਠੀਕ ਹੈ ਇੰਨਾ ਪੜ ਕੇ ਅੱਗੇ ਨਿਕਲੇ ਇੱਕ ਫੀਲਡ ਵਿੱਚ ਗਏ ਸਾੜੀਆਂ ਜਿਹੜੀਆਂ ਮਤਲਬ ਮੇਰੀ ਫੈਮਿਲੀ ਚ ਕਜ਼ਨਸ ਦਾ ਕਮਾ ਦੋਸਤਾਂ ਦਾ ਕਮਾ ਯਾ ਕਾਲਜ ਫੈਲੋਜ਼ ਦਾ ਕਵਾ ਤੇ ਉਹਨਾਂ ਦੀਆਂ ਸਿਸਟਰਜ਼ ਵੀ ਯਾ ਉਸ ਏਰੀਏ ਦੀਆਂ ਲੇਡੀਜ਼ ਯਾ ਬੱਚੀਆਂ ਹੁਣ ਪੜ ਰਹੀਆਂ ਨੇ ਸਕੂਲ ਕਾਲਜ ਇਵਨ ਕਿ ਯੂਨੀਵਰਸਿਟੀ ਲੈਵਲ ਤੱਕ ਜਾਂਦੀਆਂ ਨੇ ਤੇ ਬਹੁਤ ਖੁਸ਼ ਹੁੰਦੀਆਂ ਨੇ ਜਦੋਂ ਉਹਨਾਂ ਨੂੰ ਮੈਂ ਜਾ ਕੇ ਮਿਲਨੀ ਮੈਨੂੰ ਬੜਾ ਅੱਛਾ ਲੱਗਦਾ ਵੇ ਕਿ ਮੈਂ ਚਲੋ ਆਪ ਤੇ ਮੈਂ ਹਰਡਲਸ ਇੱਕ ایسے ਏਰੀਆ ਤੋਂ ਆਣਾ ਡਿਫਿਕਲਟੀਜ਼ ਤਾਂ ਹੁੰਦੀਆਂ ਨੇ ਉਹ ਸਾਰੀਆਂ ਫੇਸ ਤੇ ਕੀਤੀਆਂ ਲੇਕਿਨ ਫਿਰ ਇਹ ਬੜੀ ਖੁਸ਼ੀ ਹੁੰਦੀ ਕਿ ਮੈਂ ਦੂਸਰਿਆਂ ਲਈ ਜਿਹੜਾ ਨਾ ਇੱਕ ਪ੍ਰੋਪਰ ਜਿਹੜਾ ਵੇ ਜਿਹੜਾ ਸੈਟ ਕੀਤਾ ਮਿਸਾਲ ਕੀਤੀ ਕਾਇਮ ਕੀਤੀ ਕਿ ਉਹਨਾਂ ਲਈ ਆਸਾਨੀ ਹੋਗੀ এডਿਕੇਸ਼ਨ ਦੀ ਅੱਜ ਉਹਨਾਂ ਦੇ ਵੀ ਖਾਬ ਨੇ ਕਿ ਉਹ ਆਪਣੀ এডਿਕੇਸ਼ਨ ਕੰਪਲੀਟ ਕਰਕੇ ਕਿਸੇ ਵੀ ਫੀਲਡ ਚ ਜਾ ਕੇ ਉਹ ਇੱਕ achhi worker ya management achhi kar sakdiyan ne ਬਹੁਤ ਸ਼ੁਕਰੀਆ ਤੁਸੀਂ ਬਹੁਤ ਖੂਬਸੂਰਤੀ ਨਾਲ ਜਵਾਬ ਦਿੱਤਾ ਤੁਹਾਡਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਵਕਤ ਕੱਢਿਆ ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ ਤੇ ਅੱਜ ਜਿਨ੍ਹਾਂ ਨੇ ਤੁਹਾਨੂੰ ਸੁਣਿਆ ਯਕੀਨਨ ਉਹਨਾਂ ਨੂੰ ਬਹੁਤ ਖੂਬਸੂਰਤ ਜਿਹੜਾ ਤੁਸੀਂ ਮੈਸੇਜ ਦਿੱਤਾ ਆਪਣੇ ਜਵਾਬਾਂ ਦੇ ਥਰੂ ਇੱਥੇ ਵੇਲਾ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ ਅਸੀਂ ਹੁਨੇ ਗਏ ਤੇ ਹੁਨੇ ਆਏ ਤੁਸੀਂ ਕਿਦੇ ਨਹੀਂ ਜਾਣਾ ਲਓ ਜੀ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਇੱਕ ਵਾਰੀ ਫੇਰ ਕਹਾਂਗੇ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ ਔਰ ਸਵਾਨੀਆਂ ਦਾ ਆਲਮੀ ਦਿਹਾੜੇ ਇਹ ਸਵਾਲੇ ਨਾਲ ਸਪੈਸ਼ਲ ਟਰਾਂਸਮਿਸ਼ਨ ਅਸੀਂ ਤੁਹਾਡੇ ਹਾਸਤੇ ਲੈ ਕੇ ਆਏ ਆਂ ਔਰ ਮੈਂ ਥੋੜਾ ਜਿਹਾ ਲੇਟ ਪਹੁੰਚਿਆ ਕਿਉਂਕਿ ਸਵਾਨੀਆਂ ਇੱਥੇ ਆਏ ਸਨ ਔਰ ਬੜੀਆਂ ਸੋਹਣੀਆਂ ਤੇ ਸੁਨੱਖੀਆਂ ਗੱਲਾਂ ਹੋ ਰਹੀਆਂ ਸਨ ਬੜਾ ਕੁਝ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੋਏਗੀ ਹੁਣ ਅਗਲਾ ਸੈਗਮੈਂਟ ਸੇ ਸ਼ੁਰੂ ਕਰਨੇ ਆ ਐ ਸੈਗਮੈਂਟ ਦੇ ਵਿੱਚ ਵੀ ਸਾਡੇ ਕੋਲ ਬੜੀਆਂ ਸੋਹਣੀਆਂ ਔਰ ਸੁਨੱਖੀਆਂ ਖਵਤਿਨ ਸਵਾਨੀਆਂ ਮੌਜੂਦ ਨੇ ਜਿਹੜੀਆਂ ਕਿ ਆਪਣੇ ਆਪਣੀ ਜ਼ਿੰਦਗੀ ਕੌਂਟਰੀਬਿਊਸ਼ਨ ਕਰ ਰਹੀਆਂ ਨੇ ਔਰ ਸੋਸਾਇਟੀ ਦੇ ਵਿੱਚ ਇੱਕ ਚੇਂਜ ਲਿਆਉਣ ਦਾ ਆਪਣਾ ਇੱਕ ਆਹਰ ਆਪਣੀ ਇੱਕ ਕੋਸ਼ਿਸ਼ ਕਰ ਰਹੀਆਂ ਨੇ ਇੰਟਰੋਡਕਸ਼ਨ ਕਰਾਂਦਾ ਚੱਲਾਂ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਸੂਫੀ ਸੈਗਮੈਂਟ 'ਚ ਉਹਨਾਂ ਨੂੰ ਹਮੇਸ਼ਾ ਹੀ ਸਾਡੇ ਨਾਲ ਵੇਖਦੇ ਹੋ ਡਾਕਟਰ ਸ਼ੁਗਿਰਾ ਸਦਫ ਸਾਡੇ ਨਾਲ ਮੌਜੂਦ ਨੇ ਔਰ ਯਕੀਨੀ ਤੌਰ ਤੇ ਅੱਜ ਅਸੀਂ ਸੂਫੀਜ਼ਮ ਤੋਂ ਜ਼ਰਾ ਜਿਹਾ ਹਟ ਕੇ ਕੁਝ ਹੋਰ ਗੱਲਾਂ ਵੀ ਅੱਜ ਗੱਲਾਂ ਕਰਾਂਗੇ ਔਰ ਵਧੀਆ ਗੱਲਾਂ ਕਰਾਂਗੇ ਕਿਉਂ ਸੋਨੀਆ ਜੀ ਜ਼ਰੂਰ ਜੀ ਬਿਲਕੁਲ ਔਰ ਇਹਨਾਂ ਦੇ ਨਾਲ ਹੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਡਾਕਟਰ ਗਜ਼ਾਲਾ ਮੁਇਨ ਗਾਇਨਕੋਲੋਜਿਸਟ ਨੇ ਟੀਵੀ ਐਂਕਰ ਵੀ ਹੀਗੀਆਂ ਨੇ ਇਹਨਾਂ ਕੋਲ ਵੀ ਅਸੀਂ ਗੱਲਬਾਤ ਕਰਾਂਗੇ ਜੀਆਂ ਨੂੰ ਕਾਂਗੇ ਜੀ ਤੁਹਾਨੂੰ ਵੀ ਕਿਹਦਾ ਲੱਗ ਰਿਹਾ ਸੀ ਸਾਡਾ ਸੈੱਟ ਬਹੁਤ ਅੱਛਾ ਲੱਗ ਰਿਹਾ ਬਹੁਤ ਖੂਬਸੂਰਤ ਸੈੱਟ ਹੈ हाँ बहुत शुक्रिया आप लोगों के बुलाने थोड़ा जब पंजाबी ब... जो बोलोगे साढ़े नाल कुछ करेंगे साड़ियाँ सुवानियाँ पिंडाज बैठी हैं ना <laughs> वो भी डॉक्टर बनन गया गायन कॉलेज में पंजाबी चेंडी फ्लुएंट नहीं आगी लेकिन हाँ। कोशिश करेंगे कि जी यस सर आलमेल के कोशिश करनी है और जिन आज दिन नाल पेंटर भी साढ़े नाल बिल्कुल स्टूडियो चले तक मौजूद नहीं और पेंटिंग बना रही हैं ਉਹਨਾਂ ਨਾਲ ਵੀ ਵਕਤਾਂ-ਫੋਕਤਾਂ ਅਸੀਂ ਗੱਲ ਕਰਾਂਗੇ ਔਰ ਵੇਖਾਂਗੇ ਕਿ ਉਹਨਾਂ ਦੀ ਪੇਂਟਿੰਗ ਕਿੱਥੋਂ ਤੱਕ ਪਹੁੰਚੀ ਹੈ ਔਰ ਬਾਕੀ 13 ਸਾਰੀਆਂ ਗੱਲਾਂ ਆਣਗੀਆਂ ਲੇਕਿਨ ਪਹਿਲੇ ਅਸੀਂ ਡਾਕਟਰ ਸੁਗਰਾ ਸਦਫ ਸਾਹਿਬ ਨਾਲ ਜਾਵਾਂਗੇ ਔਰ ਮੈਂ ਤੁਹਾਨੂੰ ਕਹਾਂਗਾ ਕਿ ਜਿਹੜਾ ਕੀ ਹੁੰਦਾ ਹੈ ਹੈਪੀ ਥਰਸਡੇ ਜੀ ਜ਼ਰੂਰ ਹੈਪੀ ਥਰਸਡੇ ਤੁਹਾਨੂੰ ਵੀ ਹੈਪੀ ਥਰਸਡੇ ਤੁਹਾਨੂੰ ਵੀ ਅੱਛਾ ਸੂਫੀ ਜਮ ਦੀ ਅਸੀਂ ਗੱਲ ਕਰਦੇ ਰਹਨੇ ਆ ਸੁਗਰਾ ਸਦਫ ਦੀ ਗੱਲ ਕਰਨੀ ਹੈ ਸੁਗਰਾ ਸਦਫ ਇੱਕ ਸੁਹਾਣੀ ਹੈ ਔਰ ਇਸ ਵਕਤ ਪਿਲਾਕ ਦੇ ਵਿੱਚ ਇੱਕ ਆਪਣਾ ਬਹੁਤ ਜ਼ਿਆਦਾ ਕੰਟ੍ਰਿਬਿਊਸ਼ਨ ਦੇ ਰਹੀ ਹੈ ਠੀਕ ਹੈ ਬਤੌਰ ਇੱਕ ਔਰਤ ਦੇ ਉਹਨੂੰ ਕਿੱਥੇ-ਕਿੱਥੇ ਲੱਗਾ ਕਿ ਮੈਂ ਬੰਦਾ ਹੁੰਦੀ ਤੇ ਸ਼ਾਇਦ ਮੈਂ ਕੁਝ ਹੋਰ ਕਰ ਲੈਂਦੀ ਜਾਂ ਲੱਗਾ ਕਿ ਨਹੀਂ ਮੈਂ ਸਵਾਣੀ ਆ ਤੇ ਮੈਂ ਕਰ ਲਿਆ ਹਾਂ ਬਹੁਤ ਸ਼ੁਕਰੀਆ ਮੇਰੇ ਹਲੇ ਕਿ ਕਦੀ ਵੀ ਮੈਨੂੰ ਇਹ ਮਹਿਸੂਸ ਨਹੀਂ ਹੋਇਆ ਕਿ ਮੈਂ ਬੰਦਾ ਹੁੰਦੀ ਤੇ ਮੈਨੂੰ ਸ਼ਾਇਦ ਕੁਝ ਜ਼ਿਆਦਾ ਮਰਦ ਮਿਲਦੀਆਂ ਜਾਂ ਮੈਂ ਜ਼ਿਆਦਾ ਕੋਸ਼ਿਸ਼ ਕਰ ਲੈਂਦੀ ਕਿਉਂਕਿ ਜੈਨੇਟਿਕਲੀ ਮੈਂ ਆਪਣੇ ਅੰਦਰ ਜਿਹੜੀ ਤਾਕਤ ਮਹਿਸੂਸ ਕਰਨੀ ਆ ਹਮੇਸ਼ਾ ਤੋਂ और मैं एक फर्द के तौर पर अपने आप नकनी मैं कभी भी अखान्या तकसीम नहीं किया कि यह मर्द है तो औरत है तो यह काम औरत नहीं कर सकती तो मर्द नहीं कर सकता इसलिए मैनू कभी यह महसूस ही नहीं होया कि मैं किसी हवाले नाल मेरे च कोई कमी है मैं जिसमानी ताकत के हवाले नाल काबिलियत के हवाले न मैं समझनी कि मैं एक इंसान हाँ एक फर्द हाँ और एक मुकम्मल इंसान हाँ वाह बहुत खूबसूरत जवाब अच्छा डॉक्टर साहब ਤੁਸੀਂ ਜਦੋਂ ਆਪਣੀ ਐਜੂਕੇਸ਼ਨ ਦਾ ਸਟਾਰਟ ਕੀਤਾ ਤੇ ਕੀ ਸ਼ੁਰੂ ਤੋਂ ਹੀ ਤੁਹਾਨੂੰ ਇਹ ਸ਼ੌਕ ਸੀ ਕਿ ਤੁਸੀਂ ਗਾਇਨਕੋਲੋਜਿਸਟ ਹੀ ਬਣਨਾ ਹੈ ਜਾਂ ਕਿਉਂਕਿ ਸਵਿਚ ਹੁੰਦੇ ਰਹਿੰਦੇ ਨੇ ਨਾ ਕਦੀ ਬੰਦਾ ਪੇਂਟਰ ਬਣਨ ਲੱਗ ਪੈਂਦਾ ਕਦੀ ਸ਼ਾਇਰ ਹੋ ਜਾਂਦਾ ਕਦੀ ਕੁਝ ਐਕਟਰ ਬਣ ਜਾਂਦਾ ਜਦੋਂ ਥੋੜਾ ਜਿਹਾ ਜਵਾਨ ਹੁੰਦਾ ਫਿਰ ਜਦੋਂ ਦਾਖਲਾ ਜਿੱਥੇ ਹੋਈ ਹੈ ਫਿਰ ਉਹ ਵੀ ਬਣ ਜਾਂਦਾ ਐਕਚੁਅਲੀ ਮੈਨੇ ਜਿਸ ਘਰ ਮੇ ਮੈਂ ਅੱਖ ਖੋਲੀ ਤੇ ਮੈਂ ਘਰ ਵਿੱਚ ird gird ਸਾਰੇ ਡਾਕਟਰ ਵੇਖੇ ਅੱਛਾ ਮੇਰੇ ਵਾਲਿਦ ਸਾਹਿਬ ਵੀ ਡਾਕਟਰ ਨੇ ਮੇਰੀ ਭੈਣ ਵੀ ਡਾਕਟਰ ਹੈ ਫੈਮਲੀ ਚ ਵੀ ਮੇਰੀ ਫੁੱਪੋ ਖਾਲਾ ਸਾਰੇ ਬਹੁਤ ਸਾਰੇ ਡਾਕਟਰਸ ਤੋਂ ਉਹ ਇੱਕ ਕੀ ਕਹਿਣਾ ਚਾਹੀਦਾ ਕਿ ਇੱਕ ਬਣ ਗਿਆ ਸੀ ਕਿ ਸ਼ਾਇਦ ਮੈਂ ਵੀ ਵੱਡੇ ਹੋ ਕੇ ਡਾਕਟਰ ਹੀ ਬਣਨਾ ਉਹ ਇੱਕ ਕਾਨੇ ਚ ਪਾ ਦੇ ਤੀਗੂ ਸੀ ਗੰ ਲੇਕਿਨ ਉਹ ਫਿਰ ਆ ਹਿਸਤਾ ਇਸਤਾ ਅੱਛਾ ਵੀ ਲੱਗਣ ਲੱਗ ਗਿਆ ਕਿ ਡਾਕਟਰ ਨੂੰ ਵੇਖਦੇ ਸਾਂ ਵਰਦੀ ਚੋਂ ਹੀ ਕੰਮ ਕਰਦੇ ਹੋਏ ਤੋ ਅੱਛਾ ਲੱਗਦਾ ਸੀ ਮਾਪੇ ਵੀ ਦੱਸਦੇ ਸਨ ਕਿ ਬੜੀ ਜੀ ਔਰਤਾਂ ਵਾਸਤੇ ਬੜਾ ਇੱਜ਼ਤ ਦਾ ਸ਼ੋਭਾ ਹੈ ਮੈਨੂੰ ਟੀਚਿੰਗ ਦਾ ਬੜਾ ਸ਼ੌਕ ਸੀ ਕਿਸੇ ਜ਼ਮਾਨੇ ਚ ਤੋ ਮੇਰੇ ਵਾਲਿਦ ਸਭ ਕਹਿੰਦੇ ਹੁੰਦੇ ਸਨ ਕਿ ਡਾਕਟਰੀ ਚ ਟੀਚਿੰਗ ਵੀ ਆ ਜਾਂਦੀ ਹੈ ਉੱਥੇ ਤੁਸੀਂ ਐਜੂਕੇਟਰੀ ਕਰਨਾ ਹੁੰਦਾ ਤੇ ਮੈਂ ਤਾਂ ਬੜਾ ਮੈਨੂੰ ਤਾਂ ਬੜਾ ਅੱਛਾ ਲੱਗਾ ਐਨਜੋਏ ਕਰੀ ਜੀ ਬਿਲਕੁਲ अच्छा डॉक्टर साहब मेरा ਤੁਹਾਡੇ ਕੋਲ ਸਵਾਲ ਹੈ ਵੇ ਲੇਕਿਨ ਅੱਜ ਜੇ ਮੈਂ ਸੂਫੀਜ਼ਮ ਤੋਂ हट ਕੇ ਔਰਤਾਂ ਦੇ ਹਵਾਲੇ ਨਾਲ ਹੀ ਸਵਾਲ ਕਰਾਂਗੀ ਜਿਵੇਂ ਤੁਸੀਂ ਦੱਸਿਆ ਕਿ ਮੈਨੂੰ ਕਦੀ ਇਹ ਫੀਲ ਨਹੀਂ ਹੋਇਆ ਕਿ ਬਈ ਮੈਨੂੰ ਮਰਦ ਹੋਣਾ ਚਾਹੀਦਾ ਸੀ ਕਦੀ ਐਸੀ ਗੱਲ ਨਹੀਂ ਆਈ ਕਿਉਂਕਿ ਮੈਂ ਇੱਕ ਮੁਕਮਲ ਇਨਸਾਨ ਆ ਅੱਜ ਖਵਾਂਤੀਨ ਹਰ ਹਰ ਸ਼ੋਬੇ ਜੱਗੇ ਨੇ ਜ਼ਿੰਦਗੀ ਚ ਕਾਮਯਾਬੀ ਨਾਲ ਲੱਗੇ ਵਧ ਰਹੀਆਂ ਨੇ ਤੇ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਵੀ ਇੱਕ ادارے ਨੂੰ ਲੀਡ ਕਰ ਰਹੇ ਹੋ ਉੱਥੇ ਖਵਾਂਤੀਨ ਦਾ ਕੀ ਕਿੱਡਾ ਤੁਸੀਂ ਦੇਖਦੇ ਹੋ ਹਾਂ ਬਿਲਕੁਲ ਮੇਰੇ ਹਲੇ ਕਿ ਅੱਜ ਦੇ ਦੌਰ ਦੀ ਅਗਰ ਗੱਲ ਕਰੀਏ ਤੇ ਅੱਜ ਤੇ ਸਾਨੂੰ ਹਰ ਪਾਸੇ ਖਵਤਿਨ ਨਜ਼ਰ ਆ ਰਹੀਆਂ ਨੇ ਐਸ ਸ਼ੋਅ ਦੇ ਹੋਸਟ ਵੀ ਦੇਖੋ ਨਾ ਇੱਕ ਮਰਦ ਤੇ ਇੱਕ ਔਰਤ ਕਰ ਰਹੇ ਨੇ ਤੇ ਅਸਲ ਮਸਲਾ ਤੇ ਮੁਸਾਬਕਤ ਦਾ ਹੈ ਹੀ ਨਹੀਂ ਬਰਾਬਰੀ ਦਾ ਹੈ ਹੀ ਨਹੀਂ ਔਰ ਅੱਜ ਦੀ ਔਰਤ ਜਿਹੜੀ ਜਿੱਦੋ ਜਹਿਦ ਕਰੀਏ ਉਹਦੇ ਵਿੱਚ ਸਾਡੇ ਨਾਲ ਬਾਸ਼ਾਉਰ ਮਰਦ ਵੀ ਸ਼ਾਮਲ ਨੇ ਔਰ ਜਿਤਨੀਆਂ ਵੀ ਸੀ ਔਰਤਾਂ ਕਾਮਯਾਬ ਆ ਸਾਡੇ ਪਿੱਛੇ ਵੀ ਸਾਡੇ ਵਾਲਦੈਨ ਦਾ ਹੱਥ ਹੈ ਔਰ ਸਾਡੇ ਵਾਲਦ ਦਾ ਜਿਹੜੇ ਕਿ ਸਾਡੇ ਮੁਰਸ਼ਿਦ ਵੀ ਨੇ ਔਰ ਜਿਨ੍ਹਾਂ ਨੇ ਸਾਨੂੰ ਇਸ ਰਾਹ ਤੇ ਇਹ ਇਤਮਾਦ ਦਿੱਤਾ ਮੈਂ ਕਹਿੰਨੀ ਆ ਜਿਹੜਾ ਵਾਲਦ ਇਤਮਾਦ ਦਿੰਦਾ ਨਾ ਉਹ ਪੂਰੀ ਜ਼ਿੰਦਗੀ ਔਰਤ ਦੇ ਨਾਲ ਲੜਕੀ ਦੇ ਨਾਲ ਰਹਿੰਦਾ ਹੈ ਤੇ ਮੈਂ ਅਗਰ ਆਪਣੇ ਆਪ ਨੂੰ ਕਾਮਯਾਬ ਦੇਖਣੀ ਆ ਤੇ ਮੈਂ ਸਮਝਨੀ ਆ ਕਿ ਮੇਰਾ ਉਹ ਇਤਮਾਦ ਉਹ ਥਾਪੜਾ ਮੇਰੇ ਵਾਲਦ ਹੈ ਕਿ ਜਿਹਦੇ ਚ ਉਹਨਾਂ ਨੇ ਕਿਹਾ ਸੀ ਕਿ ਜ਼ਿੰਦਗੀ ਚ ਕਦੇ ਡਰਨਾ ਨਹੀਂ ਕਦੇ ਹਿੰਮਤ ਨਹੀਂ ਹਾਰਨੀ ਔਰ ਦਰਦੇ ਉਹ ਲੋਕ ਨੇ ਜਿਹੜੇ ਗਿਲਟੀ ਹੁੰਦੇ ਨੇ ਜਿਹੜੀ ਗਲਤ ਹੁੰਦੇ ਨੇ ਔਰ ਤੁਸੀਂ ਮੁਕਾਬਲਾ ਕਰੋ ਜਰ ਤੁਹਾਡੇ ਨਾਲ ਕੋਈ ਸ਼ਰਾਰਤ ਕਰਦਾ ਪੱਥਰ ਚੁੱਕ ਕੇ ਉਹਨੂੰ ਮਾਰੋ ਮਤਲਬ ਇਹ ਬਚਪਨ ਚ ਇੱਕ ਉਹਨਾਂ ਨੇ ਇੱਕ ਸਬਕ ਤੇ ਉਹ ਇਤਬਾਰ ਜਿਹੜਾ ਵਾਲਦ ਦਾ ਹੁੰਦਾ ਉਹ ਨਾਲ ਟੁੱਟਦਾ ਸਾਡੇ ਕੀ ਹੁੰਦਾ ਅਸੀਂ ਤੱਕਨੇ ਆ ਕਿ ਅਸੀਂ ਬੱਚੀ ਨੂੰ ਸ਼ੁਰੂ ਚ ਹੀ ਡਰਾ ਦਿੰਨੇ ਆ ਕਿ ਪੁੱਤਰ ਇਹ ਨਾ ਕੰਮ ਕਰੀ ਐਂਜ ਹੋ ਜਾਏਗਾ ਐਂਜ ਹੋ ਜਾਏਗਾ ਉਹ ਬੱਚੇ ਦੇ ਅੰਦਰ ਜਿਹੜਾ ਇੱਕ ਡਰ ਬੈ ਜਾਂਦਾ ਐ ਖਾਸ ਕਰਕੇ ਲੜਕੀਆਂ ਦੇ ਅੰਦਰ ਕਿ ਉਹ ਸਾਰੀ ਉਮਰ ਫਿਰ ਮੁਹਾਸ਼ਰੇ ਨੂੰ ਫੇਸ ਹੀ ਨਹੀਂ ਕਰ ਸਕਦੀਆਂ ਚੈਲੰਜੇਜ਼ ਨਹੀਂ ਕਬੂਲ ਕਰ ਸਕਦੀਆਂ ਸਭ ਤੋਂ ਵੱਡੀ ਗੱਲ ਜਿਹੜੀ ਹੈ ਔਰ ਲੀਡਰਸ਼ਿਪ ਉਹਨਾਂ ਚ ਪੈਦਾ ਨਹੀਂ ਹੁੰਦੀ ਕਿਉਂਕਿ ਲੀਡਰਸ਼ਿਪ ਲਈ ਤੁਹਾਡੇ ਤੁਹਾਡੇ ਅੰਦਰ ਕੂਵਤ ਹੋਣੀ ਚਾਹੀਦੀ ਹੈ ਔਰ ਚੈਲੰਜ ਕਬੂਲ ਕਰਨਾ ਕਿ ਤੁਸੀਂ ਕੰਮ ਕਰਕੇ ਦਾਸਕ ਹੋਗੇ ਔਰ ਪੂਰੀ ਕੂਵਤ ਸਰਵ ਕਰਨਾ ਫਿਰ ਰੱਬ ਦੀ ਰਹਿਮਤ ਵੀ ਮੰਗਣਾ ਹੈ ਸਾਰੀਆਂ ਚੀਜ਼ਾਂ ਨਾਲ ਹੀ ਟੁਰਦੀਆਂ ਨੇ ਤੇ ਮੈਂ ਸਮਝ ਨਹੀਂ ਆਜਦੇ ਜਿਹੜੇ ਵਾਲਦਾਂ ਨੇ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਪਰਵਿਸ਼ ਕਰਿਆ ਨੇ ਕਿ ਕੁੜੀਆਂ ਤੇ ਮੁੰਡਿਆਂ ਵਾਸਤੇ ਵੱਖਰੇ ਵੱਖਰੇ ਖਾਨੇ ਨਹੀਂ ਕਿ ਕੁੜੀਆਂ ਕੰਮ ਨਹੀਂ ਕਰ ਸਕਦੀਆਂ ਮੁੰਡੇ ਕੰਮ ਨਹੀਂ ਕਰ ਸਕਦੇ ਇਸ ਲਈ ਅਸੀਂ ਇੱਕ ਅੱਛੇ ਮੁਹਾਸ਼ਿਰੇ ਵੱਧ ਰਹੇ ਹਾਂ ਔਰ ਤਨਾਸਬ ਪਾਵੇਂ अले इतना अच्छा ना लेकिन बहर उम्मीद किरण जी बिल्कुल रोशन है डॉक्टर साहब और हूँ एक निकी जी ब्रेक का समा हो गया और जो ब्रेक पर जावे और मुड़ के वापस आवोंगे तो एक होर मेहमान सा जुड़ और असं उस पैनल न अं गल करे जी नजरीन निका जि ब्रेक है ब्रेक वाले तो एक होर मेहमान भी तो जल गुफ्तगू करे ब्रेक वाल वह मुड़ के वापस आने ਗੱਲ ਮੈਡਮ ਅਸੀਂ ਇਹ ਕਰ ਰਹੇ ਸੀ ਕਿ ਪੰਜਾਬ ਦੇ ਅਗਰ ਗੱਲ ਕਰੀਏ ਔਰ ਪੰਜਾਬੀ ਦੀ ਵੀ ਗੱਲ ਸੀ ਆਫਰ ਵੀ ਕਰ ਰਹੇ ਸੀ ਔਰ ਕਾਫੀ ਡਿਸਕਸ਼ਨ ਸਾਡੀ ਆਫਰ ਲਈ ਤੇ ਜਿਹੜੀ ਸਵਾਣੀ ਪੰਜਾਬ ਦੀ ਏ ਉਹਨੂੰ ਤੇ ਵੇਖਦੇ ਕਦੀ ਅਸੀਂ ਕਹਿ ਨਹੀਂ ਸਕਦੇ ਕਿ ਉਹ ਫਿਜ਼ੀਕਲੀ ਮੈਂਟਲੀ ਕਿਤੇ ਕਮਜ਼ੋਰ ਹੈ ਉਹਦੇ ਕੋਲ ਇੱਕ ਐਸਾ ਹੋਲਡ ਹੈ ਘਰ ਦਾ ਵੀ ਤੇ ਫਿਰ ਬਾਹਰ ਦਾ ਵੀ ਉਹਨੂੰ ਜ਼ਰਾ ਖਿਲਾਰ ਕੇ ਜ਼ਰਾ ਸਾਨੂੰ ਦੱਸਣਾ ਕਿ ਕੀ ਸਵਾਣੀ ਕਰਦੀ ਹੈ ਪੰਜਾਬ ਦੇ ਵਿੱਚ ਜੀ ਬਹੁਤ ਸ਼ੁਕਰੀਆ ਤੁਸੀਂ ਦੇਖੋ ਕਿ ਜਿਹੜੀ ਸਾਡੀ ਪੰਜਾਬ ਦੀ ਤਾਰੀਖ ਹੈ ਉਹਦੇ ਵਿੱਚ ਤੁਸੀਂ ਹੀਰ ਰਾਂਝਾ ਦੀ ਦਾਸਤਾਨ ਨੂੰ ਅਸੀਂ ਮੁੱਖ ਰੱਖਿਏ ਵਾਰ ਸ਼ਾਦੀ ਇਸ ਨੂੰ ਪੜਨੇ ਆ ਤੇ ਉਹਦੇ ਵਿੱਚ ਜਿਹੜਾ ਹੀਰ ਦਾ ਕਿਰਦਾਰ ਹੈ ਉਹ ਹਾਕਮ ਕਿਰਦਾਰ ਹੈ ਐਸੇ ਤਰੀਏ ਉਹਦੀ ਮਾਂ ਦਾ ਕਿਰਦਾਰ ਉਹ ਫੈਸਲਾ ਕੁੰ ਕਿਰਦਾਰ ਹੈ ਫੈਸਲਾ ਹੀਰ ਕਰਦੀ ਹੈ ਔਰ ਰਾਂਝਾ ਸਿਰਫ ਉਹਦੇ ਤੇ ਅਮਲ ਕਰਦਾ ਹੈ ਔਰ ਉਹ ਜਿਸ ਪਾਸੇ ਉਹਨੂੰ ਲੈ ਕੇ ਜਾਣਾ ਚਾਹੁੰਦੀ ਉਸ ਪਾਸੇ ਲੈ ਕੇ ਜਾਂਦਾ ਹੈ ਇਸ ਲਈ ਪੰਜਾਬ 'ਚ ਤੇ ਹਮੇਸ਼ਾ ਤੋਂ ਇੱਕ ਸਰਬਰਾਹ ਦੇ ਤੌਰ ਤੇ ਔਰ ਫੈਸਲਾ ਸਾਜ਼ ਔਰਤ ਦੇ ਤੌਰ ਤੇ ਕਿਰਦਾਰ ਹੈ ਜ਼ਨਾਨੀ ਦਾ ਬਾਕੀ ਅਸੀਂ ਜਿਹੜੀ ਗੱਲ ਹੀ ਕਰਨੇ ਆ ਅਕਸਰ ਕਿ ਔਰਤਾਂ ਦੇ ਬਾਰੇ ਨਾਲ ਕਿ ਔਰਤਾਂ ਨੂੰ ਹਕੂਕ ਦੇ ਰਾਜ ਕਿਹੜੇ ਮਰਦ ਖਲੋਤੇ ਨੇ ਜਾਂ ਮਰਦਾਂ ਦੇ ਖਿਲਾਫ ਅਸੀਂ ਗੱਲ ਕਰਨੇ ਜਿਸ ਤਰ੍ਹਾਂ ਅਸੀਂ ਆਓ ਫਿਰ ਵੀ ਗੱਲ ਕਰੇ ਸਾਂ ਤੇ ਮੇਰੇ ਹਾਲੇ ਕਿ ਮਰਦ ਨਹੀਂ ਖਲੋਤੇ ਇੱਕ ਤਬਕਾ ਖਲੋਤਾ ਹੈ ਕਿ ਜਿਨ੍ਹਾਂ ਦੇ ਆਪਣੇ ਮੁਫਾਦਤ ਨੂੰ ਥੇਸ ਪੁਆਇੰਟ ਦੀ ਹੈ। ਔਰ ਵਰਨਾ ਸੇ ਸਾਰੇ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਇੱਕ ਸਾਡੇ ਵਾਲਦਾਂ ਦੀ ਵਜ੍ਹਾ ਤੁਸੀਂ ਅੱਗੇ ਆਨੇ ਹੋ ਵਾਲਦ ਤਬਕਾ ਦੇ ਵਿੱਚ ਸਾਰੇ ਜੈਂਡਰ ਹੋ ਸਕਦੇ ਸਾਰੇ ਜੈਂਡਰ ਹੋ ਸਕਦੇ ਕਿ ਖਵਾਂਤੀਨ ਵੀ ਹੋ ਸਕਦੀਆਂ ਹੈ ਬਿਲਕੁਲ ਔਰਤ ਵੀ ਹੋ ਸਕਦੀ ਹੈ ਮਾਂ ਵੀ ਹੋ ਸਕਦੀ ਹੈ ਸੱਸ ਹੋ ਸਕਦੀ ਹੈ ਕੋਈ ਵੀ ਹੋ ਸਕਦਾ ਹੈ ਬੰਦਾ ਔਰ ਇੱਕ ਤਬਕਾ ਹੈ ਜਿਹੜਾ ਕਿ ਇਸ ਤਰ੍ਹਾਂ ਕਰਦਾ ਹੈ ਲੇਕਿਨ ਅਸੀਂ ਪਾਕਿਸਤਾਨ ਦੀ ਜਦੋਂ ਗੱਲ ਕਰਨੇ ਆ ਤੇ ਸਾਨੂੰ ਇੱਕ ਖੁਸ਼ੀ ਇਸ حوالے ਨਾਲ ਹੁੰਦੀ ਹੈ ਕਿ ਪਾਕਿਸਤਾਨ ਦੀ ਸਰਕਾਰ ਨੇ ਸ਼ਾਇਦ ਦੁਨੀਆ ਤੋਂ ਸਭ ਤੋਂ ਜ਼ਿਆਦਾ ਜਿਹੜੇ ਕਾਨੂੰਨ ਨੇ ਔਰਤਾਂ ਦੇ ਲਈ ਬਣਾਏ ਨੇ ਜਿਸ ਤਰ੍ਹਾਂ ਮੈਟਰਨਿਟੀ ਲੀਵ ਸੀ ਪੈਟਰਨਟੀ ਲੀਵ ਹੈ ਔਰ ਫਿਰ ਔਰਤਾਂ ਦੀ ਜਿਹੜੀ ਨੌਕਰੀ ਉਹਦੇ ਵਿੱਚ 7 ਸਾਲ ਦੀ ਕੰਸੈਸ਼ਨ ਦਿੱਤੀ ਗਈ ਮਰਦਾਂ ਨੂੰ 5 ਸਾਲ ਦੀ ਕੰਸੈਸ਼ਨ ਹੈ ਐਸੇ ਤਰੀਕੇ ਅਸੈਂਬਲੀ 'ਚ ਉਹਨਾਂ ਦੀ ਜਿਹੜੀ ਤਾਦਾਦ ਰੱਖੀ ਗਈ ਤੁਸੀਂ ਦੇਖੋ ਕਿ 33% ਕੋਟਾ ਰੱਖਿਆ ਗਿਆ ਹੈ ਔਰ ਮੁਲਾਜ਼ਮਤਾ ਵਿੱਚ ਵੀ ਬਾਜ਼ੁਕਾਤ ਉਹਨਾਂ ਦਾ ਕੋਟਾ ਰੱਖਿਆ ਗਿਆ ਕਿਉਂਕਿ ਉਹ ਚੰਦ ਕਮਤ ਕੁਮਤ ਚੰਦੀ ਹੈ ਕਿ ਔਰਤਾਂ ਹਰ ਫੀਲਡ ਚ ਗਿਆ ਹਨ ਤੇ ਇਸ ਵਾਲ ਨਾਲ ਮੈਂ ਸਮਝਿਆ ਕਿ ਜਿਹੜੀ ਕਾਨੂੰਨ ਸਾਜ਼ੀ ਹੋਈ ਹੈ ਮੁਆਸ਼ਰਤੀ ਰਵਈਆ ਬੁਰਾ ਨਹੀਂ ਅਗਰ ਬੁਰਾ ਹੁੰਦਾ ਤੇ ਇਹ ਕੰਮ ਕਾਨੂੰਨ ਪਾਸ ਹੀ ਨਾ ਹੋਣ ਦਿੰਦੇ ਲੋਕੀ ਔਰ ਔਰਤਾਂ ਤੇ ਬਿਲਕੁਲ ਫਿਰ ਕੋਈ ਕੰਮ ਨਾ ਕਰ ਰਹੀਆਂ ਹੁੰਦੀਆਂ ਇਹ ਪੰਜਾਬ ਦੀ ਔਰਤ ਜਿਹੜੀ ਇੱਕ ਮਿਸਾਲ ਹੈ ਕਿਉਂਕਿ ਉਹਨੇ ਹਰ ਖੋਬੇ 'ਚ ਆਪਣੇ ਆਪ ਨੂੰ ਮਨਵਾਇਆ ਆਪਣੇ ਚੰਗੇ ਕੰਮਾਂ ਨਾਲ ਅਗਰ ਉਹਦੇ ਤੇ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹਨੇ ਉਸ ਜ਼ਿੰਮੇਵਾਰੀ ਨੂੰ ਨਿਭਾ ਕੇ ਦੱਸਿਆ ਤੇ ਅਸਲੀ ਇਨਸ਼ਾਅੱਲਾ ਸਾਨੂੰ ਉਮੀਦ ਹੈ ਕਿ ਪੰਜਾਬ ਜਿਹੜਾ ਹੈ ਉਹ ਇੱਕ ਪਾਕਿਸਤਾਨ ਦੀ ਤਰੱਕੀ ਵਿੱਚ ਭਰਪੂਰ ਕਿਰਦਾਰ ਅਦਾ ਕਰੇਗਾ ਸਹੀ ਬਹੁਤ ਖੂਬਸੂਰਤੀ ਨਾਲ ਤੁਸੀਂ ਜਵਾਬ ਦਿੱਤਾ اچھا ਡਾਕਟਰ ਗੁਜ਼ਾਲਾ ਸਾਹਿਬਾ ਮੇਰਾ ਸਵਾਲ ਹੈ ਵੇ ਕਿ ਅੱਜ ਦੀ ਔਰਤ ਨੂੰ ਕਿੰਨ ਚੈਲੰਜਸ ਦਾ ਸਾਹਮਣਾ ਹੈ ਤੇ ਉਹਨੂੰ ਕਿਸ ਤਰ੍ਹਾਂ ਜਿਹੜਾ ਉਹ ਪਾਵਰ ਨਾਲ तो उतर रही मैं गल कराँ की अपनी डोमेन के हवाले पाकिस्तान सब का तो नहीं लेकिन अगर कुछ मखसूस तबके की अगर गल करिए हाली भी ज़रा सा मसला है वो जहालत है इलिट्रेसी के हमारी एजुकेशन अभी कम है खुवातीन इन्नी ज़्यादा तालीम ऐसे खत्ते है ने, जिते तालीम नहीं दिखी जा रही औरत पूरी दूसरा हाली भी जोड़े मसाइल ने उद्देश जेंडर डिस्क्रिमीनेशन कुछ खिते अभी भी ऐसे हैं अनफॉर्चुनेटली के जिधर जेंडर डिस्क्रिमिनेशन डिस्क्रिमीनेशन पड़ता है तीसरी चीज़ इज़्ज़त की खातर ऑनर किलिंग जो अभी भी हमें देखने को मिल रही है मैं समझती हूँ कि ये अभी मसाइल है। हैं ये चैलेंजेस हैं जेडेडी खुवाती दरपेश ने सही इन चीज़ों हल कर सकते हैं मिल के हल कर सकते हैं सब तो व्डी चीज़ जी ना ये हैगी है कि तालीम हम अपनी बच्चियों को अपने बच्चों को तालीम दें क्योंकि वो जो कहते हैं मुआरा परवान चढ़ता है माओ की गोद में तो वहां से काम शुरू हुआ तो वो ना होना सिर्फ बच्चियों को तालीम दें बे, बेटों को भी तालीम दें क्योंकि वायलेंस भी कई जगहों पे पाया जा रहा है खुतिन तशद भी किया जाता है ये, ये चीजें भी अगर बचपन से माँ बाप अगर बेटे को भी बेटी नू भी समझा और वो तरबियत घर माहौल होगी तो कल नो मुआरे अपना फाल किरदार अदा और वो औरत करना भी सिखाने वो मुंडे भी, भी, भी इज्जत करेंगे क्योंकि ये मैं समझती हूँ ये वो लड़के होते हैं जो बड़े होके जिनका माहौल घर से जो होता है ना अपने बालिक को भी उस तरह ही देखया हों हथ चुकते देखे होंगे माँ उसे औरतों के उड्डे होके भी ओ चीज रिपीट होगी ਤੋ ਬੱਚੀਆਂ ਨੂੰ ਹੈ ਕਿ ਬੱਚੀਆਂ ਨੂੰ ਵੀ ਤਾਲੀਮ ਦਿੱਤੀ ਜਾਏ ਤਾਂ ਕਿ ਉਹ ਆਪਣੇ ਹਕੂਕ ਪਹਿਚਾਨੋ ਆਪਣੇ ਆਪ ਨੂੰ ਪਹਿਚਾਨੋ ਕਿ ਅਸੀਂ ਕੀ ਹਾਂ ਸਾਡਾ ਪੋਟੈਂਸ਼ੀਅਲ ਕੀ ਹੈ ਅਸੀਂ ਕੀ ਕਰ ਸਕਨੇ ਹਾਂ ਤੁਸੀਂ ਤੇ ਆਪਣੇ ਪਸੰਦੀਦਾ ਸ਼ੋਭੇ ਚ ਗਏ ਹੋਏ ਹੋ ਰੈਸਟੈਂਬ ਬਹੁਤ ਕੁੜੀਆਂ ਔਰ ਸਵਾਨੀਆਂ ਤੁਹਾਨੂੰ ਵੇਖ ਰਹੀਆਂ ਨੇ ਉਹਨਾਂ ਨੂੰ ਤੁਸੀਂ ਥੋੜਾ ਜੇ ਅਗਰ ਗਾਈਡ ਕਰ ਸਕੋ ਕਿ ਕੌਣ ਅਗਰ ਕੋਈ ਬਣਨਾ ਚਾਹੁੰਦਾ ਹੈ ਕਿ ਪੁਲਿਸ ਜਾਣਾ ਚਾਹੁੰਦਾ ਹੈ ਜਾਂ ਆਰਮੀ ਜਾਣਾ ਚਾਹੁੰਦਾ ਹੈ ਔਰ ਕਿਸੇ ਦੂਰ ਦਰਾਡੇ ਦੇ ਕਿਸੇ ਪਿੰਡ 'ਚ ਬੈਠੀ ਹੋਈ ਕੁੜੀ ਵੇਖ ਰਹੀ ਉਹਨੂੰ ਕੀ ਕਰਨਾ ਚਾਹੀਦਾ ਕਿਸ ਤਰ੍ਹਾਂ ਉਹ ਸਟਾਰਟ ਲਵੇ ਕਿੱਧਰ ਨੂੰ ਜਾਏ ਕਰਨਾ ਕੀ ਹੁੰਦਾ ਮਤਲਬ ਅਗਰ ਉਹਨਕਾ ਅੱਖ ਨਹੀਂ ਪਤਾ ਲੇਕਿਨ ਇੱਕ ਸ਼ੌਕ ਹੈ ਸਿਰਫ اچھا 아이 ਥਿੰਕ ਮੈਂ ਗੱਲ ਹੋਰ ਮੈਂ ਵੀ ਐਡ ਕਰਦੀ ਜਬ ਮੇਰਾ ਸਵਾਲ ਜਦੋਂ ਵੱਡੀ ਪਾ ਕੇ ਕਰੋ ਨਿਕਲਦੀ ਆ ਹੂੰ ਤੇ ਕਿਹਦਾ ਮਹਿਸੂਸ ਹੁੰਦਾ ਅੱਛਾ ਮੇਰੇ ਕੋਲ ਨੂੰ ਪਹਿਲਾਂ ਵੀ ਇਹ ਸਵਾਲ ਕੀਤਾ ਗਿਆ ਹੈ ਕਿ ਕਿਉਂਕਿ ਤੁਸੀਂ ਮਤਲਬ ਬੋਲੋ ਤੋ ਤੇ ਤੁਹਾਨੂੰ ਡੰਨੇ ਲੱਗਦਾ ਚੋਰਾਂ ڈاکੂਆਂ ਸੇ ਅ ਜਿਸ ਵੇਲੇ ਤੁਸੀਂ ਯੂਨੀਫਾਰਮ ਬੰਨ੍ਹਦੇ ਹੋ ਤੇ ਫੀਅਰ ਫੈਕਟਰ ਤੇ ਬਿਲਕੁਲ ਖਤਮ ਹੋ ਜਾਂਦਾ ਹੈ ਕਿਉਂਕਿ ਜਿਸ ਵੇਲੇ ਤੁਸੀਂ ਪੁਲਿਸ ਡਿਪਾਰਟਮੈਂਟ ਦਾ ਹਿੱਸਾ ਬੰਨ੍ਹਦੇ ਹੋ ਤੇ ਤੁਹਾਨੂੰ ਪਤਾ ਹੈ ਕਿ ਤੁਸੀਂ ਕਸਟੋਡੀਅਨ ਹੋ ਲੋਕਾਂ ਦੀ ਆਨਰ ਕੀ ਪ੍ਰਾਪਰਟੀ ਕੀ ਉਹਨਾਂ ਦੀ ਡਿਗਨਿਟੀ ਕੀ ਤੇ ਤੁਸੀਂ ਹਰ ਹਾਲ ਵਿੱਚ ਡਿਲੀਵਰ ਕਰਨਾ ਹੈ ਤੇ ਜਿਸ ਵੇਲੇ ਕੁਝ ਹੁੰਦਾ ਹੈ ਨਾ ਉਸਕੋ ਥੋੜਾ ਮੈਂ ਜ਼ਾਤੀਆਤ ਪਰ ਲੈਂਦੀ ਹਾਂ ਕਿ ਐਸਾ ਕਿਉਂ ਹੂਆ ਜਦ ਅੱਲਾ ਨੇ ਮਨ ਨੂੰ ਇਸ ਮਨਸਬ ਤੇ ਫਾਇਜ਼ ਕੀਤਾ ਹੈ ਤਾਂ ਮੁਝੇ ਆਈ ਹੈਵ ਟੂ ਡਿਲੀਵਰ ਤਾਂ ਡਰ ਤੋਂ ਬਿਲਕੁਲ ਨਹੀਂ ਲੱਗਦਾ ਫੀਅਰ ਫੈਕਟਰ ਦਾ ਵੀ ਨਹੀਂ ਹੁੰਦਾ ਉਹ ਚੈਲੰਜ ਹੀ ਲੱਗਦਾ ਹੈ ਸਹੀ ਅਮ ये जो थोड़ा सवाल सी के मैं खातन को जो दूर दराज देख रही है hmm. उन्होंने मैं ये कहना चाहनी कि तुम्हें आबादी का निसफ हिस्सा हो hmm. और नेपोलियन ने बड़ी सीधी गल की थी कि मैं चंकी माँ दो आई गिव यू गुड नेशन तो है तो वो माए और वो भाई भाएन, बहने और वो बेटियाँ ही हैं और हम अपनी माओ की वजह से यहाँ बैठे हुए हैं hmm. हम वी आर द प्रोडक्ट्स ऑफ आर मदर्स हार्ड वर्क बेसिकली तो वो बस मुझे यह है कि हर इंसान चाहे वो मर्द है चाहे वो औरत है अगर तीस कुछ ठान लिया ਉਹ ਤੁਹਾਡੀ ਨੀਅਤ ਸਹੀ ਹੈ ਤੇ ਤੁਸੀਂ ਗਿਵ ਅਪ ਨਹੀਂ ਕਰਨਾ ਆਪਣੇ ਮੰਜ਼ਿਲ ਨੂੰ ਹਾਸਲ ਕਰਨਾ ਹੈ ਉਹ ਜਿਸ ਵੇਲੇ ਤੁਸੀਂ ਕੋਸ਼ਿਸ਼ ਕਰਦੇ ਹੋ ਤੇ ਅੱਲਾਹ ਤਾਲਾ ਤੁਹਾਨੂੰ ਜ਼ਰੂਰ ਸਫਲੂ ਕਰਦਾ ਹੈ ਬਿਲਕੁਲ ਸਹੀ ਤਾਂ ਬਸ ਜਸਟ ਡੋਨਟ ਗਿਵ ਅਪ ਜੀ ਬਿਲਕੁਲ ਪੇਂਟਿੰਗ ਬਣ ਰਹੀ ਹੈ ਔਰ ਸਾਡੀਆਂ ਪੇਂਟਰ ਨੇ ਬੜੀ ਖੂਬਸੂਰਤ ਪੇਂਟਿੰਗ ਬਣਾਈ ਹੈ ਜ਼ਰਾ ਆਖਰੀ ਵਰਡਿਕ ਦੇ ਦਿਓ ਕਿ ਕੀ ਡਿਪਿክት ਕਰ ਰਹੀ ਹੈ ਤੁਹਾਡੀ ਪੇਂਟ ਬੜਾ ਸੋਹਣਾ ਜਿਹਾ ਫੁੱਲ ਨਜ਼ਰ ਆ ਰਿਹਾ ਹੈ ਖਵਤੀਂਦਾ ਆਲਮੀ ਦਿਨ ਸੈਲੀਬ੍ਰੇਟ ਕੀਤਾ ਜਾ ਰਿਹਾ ਤੇ ਮੇਰੀ ਪੇਂਟਿੰਗ ਵੀ ਐਸੇ ਟਾਪਿਕ ਤੋਂ ਰਿਲੇਟਡ ਹੈ ਤੇ ਇਹਦੇ ਵਿੱਚ ਜਿਹੜਾ ਫੁੱਲ ਹੈ ਔਰਤ ਦੀ ਬਿਊਟੀ ਉਹ ਨੂੰ ਡਿਪੇਕਟ ਕਰਦਾ ਉਹਦੀ ਇੰਟਰਨਲ ਤੇ ਐਕਸਟਰਨਲ ਬਿਊਟੀ ਨਾਲ ਮੈਂ ਰਿਲੇਟ ਕੀਤਾ ਕਿ ਜਿਵੇਂ ਔਰਤ ਬਾਜ਼ਾਹਿਰ ਖੂਬਸੂਰਤ ਨਜ਼ਰ ਆਂਦੀ ਤੇ ਅੰਦਰੋਂ ਉਸ ਤੋਂ ਵੀ ਜ਼ਿਆਦਾ ਖੂਬਸੂਰਤ ਹੈ ਅਗਰ ਅਸੀਂ ਉਹਨੂੰ ਵੇਖੀਏ ਤਾਂ ਜਿਸ ਤਰ੍ਹਾਂ ਆਪਣੀ ਜ਼ਿੰਦਗੀ ਚ ਅਗਰ ਉਹ ਹਾਊਸ ਵਾਈਫ ਹੈ ਜਾਂ ਉਹ ਇੱਕ ਜੌਬ ਕਰ ਰਹੀ ਹੈ ਜਿਸ ਤਰ੍ਹਾਂ ਉਹ ਮੈਨੇਜ ਕਰਦੀ ਹੈ ਬੱਚਿਆਂ ਨੂੰ ਫੈਮਲੀ ਨੂੰ ਤੇ ਮੇਰਾ خیال ਹੈ ਉਹ ਬਹੁਤ ਇੱਕ ਖੂਬਸੂਰਤ ਤਰੀਕੇ ਨਾਲ ਉਹ ਮੈਨੇਜ ਕਰਦੀ ਹੈ ਤੇ ਮੈਂ ਇਸ ਪੇਂਟਿੰਗ ਵਿੱਚ ਇੱਕ ਜਿਵੇਂ ਆ 골ਡਨ ਨਜ਼ਰ ਆ ਰਿਹਾ ਉਹ ਵੀ ਮੈਂ ਫੀਮੇਲ ਦੀ ਪ੍ਰੋਮਿਨੈਂਟ ਪਾਰਟ ਜਿਹੜਾ ਸੁਸਾਇਟੀ ਚ ਹੈ ਜਾਂ ਘਰ ਵਿੱਚ ਹੈ ਜਾਂ ਬਾਹਰ ਹੈ ਜਿੱਧਰੇ ਵੀ ਦੇਖਨੇ ਹੈ ਤੇ ਫੀਮੇਲ ਇੱਕ ਬਹੁਤ ਜ਼ਿਆਦਾ ਪ੍ਰੋਮਿਨੈਂਟ ਪਾਰਟ ਹੈ ਬਿਲਕੁਲ ਯਾਨੀ ਸੁਆਣੀਆਂ ਜਿਹੜੀਆਂ ਨੇ ਉਹ ਸੂਰਜ ਦੀ ਤਰ੍ਹਾਂ ਚਾਨਣ ਕਰ ਰਹੀਆਂ ਨੇ ਹਾਂ ਬਿਲਕੁਲ ਚਾਨਣ ਕਰ ਰਹੀਆਂ ਨੇ ਬਾਹਰ ਵੀ ਬੜੀ ਕਾਮਯਾਬ ਨੇ ਜਿਵੇਂ ਸਾਡੇ ਮਾਸ਼ਾਅੱਲਾ ਗੈਸਟ ਆਏ ਹੋਣੇ ਹਰ ਫੀਲਡ ਵਿੱਚ ਔਰਤਾਂ ਬਹੁਤ ਕਾਮਯਾਬ ਨੇ ਤੇ ਬਹੁਤ ਅੱਛਾ ਆਪਣਾ ਰੋਲ ਪਲੇ ਕਰ ਰਹੀਆਂ ਨੇ ਬਿਸ਼ੱਕ ਆਰਟਸ ਦੀ ਫੀਲਡ ਲੈ ਲਓ ਜਾਂ ਕੋਈ ਵੀ ਫੀਲਡ ਲੈ ਲਓ ਤੇ ਔਰਤਾਂ ਜਿਹੜੀਆਂ ਨੇ ਆਪਣੇ ਫੁੱਲ ਮੇਰਾ ਖਿਆਲ ਹੈ ਕਿ ਉਹ ਆਪਣੇ ਜਿਸ ਫੀਲਡ ਵਿੱਚ ਜਾਂਦੀਆਂ ਨੇ ਉਹ ਫੁੱਲ ਕਨਸੈਂਟਰੇਸ਼ਨ ਨਾਲ ਆਪਣਾ ਕੰਮ ਕਰਦੀਆਂ ਨੇ ਥੈਂਕ ਯੂ ਸੋ ਮਚ ਜ਼ਰਮੀਨਾ ਤੁਸੀਂ ਬਹੁਤ ਵਧੀਆ ਪੇਂਟਿੰਗ ਬਣਾਈ ਕਿਸੇ ਹੋਰ ਸ਼ੋ ਚ ਤੁਹਾਨੂੰ ਦਾਵਤ ਦਾਂਗੇ ਇਨਸ਼ਾਅੱਲਾ ਤੇ ਹੁਣ ਜਿਹੜਾ ਵੇਲੇ ਦੀ ਘਾਟ ਹੋ ਗਈ ਹੈ ਤੇ ਤੁਸੀਂ ਇੱਕ ਇੱਕ ਆਪਣਾ ਪੈਗਾਮ ਅਗਰ ਦੇ ਦਿਓ ਇਸ ਦਿਨ ਦੇ ਹਵਾਲੇ ਨਾਲ ਲੋਕਸ਼ਭਾ ਤੇ ਫਿਰ ਅਸੀਂ ਵਾਇਨ ਕਰਦੇ ਮੇਰੇ ਹਾਲੇ ਕਿ ਜਿਹੜਾ ਤਬਕਾ ਇਸ ਨੂੰ ਬਰਾਬਰੀ ਦੀ ਗੱਲ ਸਮਝ ਕੇ ਤੇ ਔਰਤਾਂ ਦਾ ਰਾਹ ਟਕਦਾ ਉਹਨੂੰ ਮੇਰੇ ਇਹ ਇਹ ਮੇਰੀ ਦਰਖਾਸਤ ਹੈ ਕਿ ਔਰਤਾਂ ਨੂੰ ਇੱਕ ਫਰਦ ਮੰਨੋ ਔਰ ਇਹਦੇ ਇਸ جنگ ਚ ਨਿਕਲ ਆਵੋ ਕਿਉਂਕਿ ਜਦੋਂ ਤੱਕ ਔਰਤਾਂ ਮਾਅਸ਼ੀ ਤੌਰ ਤੇ ਖੁਦ ਮੁਖਤਾਰ ਨਹੀਂ ਹੋਣਗੀਆਂ ਪਾਕਿਸਤਾਨ ਤਰੱਕੀ ਨਹੀਂ ਕਰੇਗਾ ਔਰ ਜਿੱਥੇ ਜਿੱਥੇ ਤੁਸੀਂ ਜਿਹੜੇ ادارے ਚ ਕੰਮ ਕਰਦੇ ਹੋ ਉੱਥੇ ਔਰਤਾਂ ਦੀ ਇੱਜ਼ਤ ਕਰੋ ਔਰ ਉਹਨਾਂ ਨੇ ਇੱਕ ਅੱਛਾ ਕੋਲੀਗ ਸਮਝ ਕੇ ਕੰਮ ਕਰੋ ਔਰ ਔਰਤਾਂ ਵੀ ਆਪਣੇ ਆਪ ਨੂੰ ਇੱਕ ਵੜਾ ਹਿਸਾਰ ਹੈ ਨਾ ਕਿ ਮੈਂ ਔਰਤਾਂ ਤੇ ਮੈਂ ਬੜੀ ਨਾਜ਼ੁਕਾਂ ਤੇ ਮੈਂ ਅਗਰ ਗੱਡੀ ਸਫ਼ਰ ਕਰ ਰਹੀ ਆਂ ਤੇ ਮੇਰੇ ਲਈ ਮਰਦ ਦਾ ਖੜਾ ਹੋਣਾ ਜ਼ਰੂਰੀ ਹੈ ਤੇ ਮੇਰਾ ਬਹਿਣਾ ਜ਼ਰੂਰੀ ਹੈ ਅਗਰ ਉਹ ਬਾਹਰ ਨਿਕਲੀਆਂ ਨੇ ਤਾਂ ਉਹਨਾਂ ਨੂੰ ਮਜ਼ਬੂਤ ਹੋਣਾ ਚਾਹੀਦਾ ਹੈ ਔਰ ਉਹਨਾਂ ਦਾ ਚੈਲੰਜ ਉਸ ਚੈਲੰਜ ਦਾ ਸਾਹਮਣਾ ਕਰਨਾ ਚਾਹੀਦਾ ਹੈ ਜਦੋਂ ਅਸੀਂ ਇਹ ਗੱਲ ਕਰਨੇ ਆ ਕਿ ਬਰਾਬਰੀ ਦੀ ਗੱਲ ਕਰਨੇ ਆ ਜਾਂ असि अपन सलाहित गल करने तो फिर सू रियायत नहीं मंगनिया चाहिए जी डॉक्टर साहब थैंक यू सो मच जी मैं ये कहूँगी कि सिर्फ आज वोमेंस डे नहीं है मेरे ख्याल में हर डे वोमेंस डे है और, औरतों के लिए पैगाम यही है कि औरतें तालीम हासिल करें अपने बच्चों को तालीम दें अपनी बेटियों को तालीम दें अपने आप को मजबूत करें और हर डोमेन में अपना

ਰਾਈਜ਼ ਐਂਡ ਸ਼ਾਈਨ ਔਰ ਇਨਸ਼ਾਅੱਲਾ ਅੱਲਾਹ ਤਾਲਾ ਆਪ ਕਾ ਹਮੇ ਨਾਸਰ ਬਹੁਤ ਥੈਂਕ ਯੂ ਸੋ ਮਚ ਤੁਹਾਡੇ ਤਿੰਨਾਂ ਦਾ ਵੀ ਬਹੁਤ ਸ਼ੁਕਰੀਆ ਕਿ ਤੁਸੀਂ ਟਾਈਮ ਕੱਢਿਆ ਸਾਡੇ ਸ਼ੋਅ ਦੇ ਵਿੱਚ ਆਏ ਜੀ ਨਾਜ਼ਰੀਨ ਸਟੇ ਸਟਰੋਂਗ ਸਟੇ ਪੈਸ਼ਨੇਟ ਇਹ ਅੱਜ ਦੀਆਂ ਮਹਿਮਾਨ ਦਾ ਕਹਿਣਾ ਹੈ ਔਰ ਸਾਰੀਆਂ ਖਵਾਤੀਨ ਸਾਰੀਆਂ ਕੁੜੀਆਂ ਜਿਹੜੀਆਂ ਵੇਖ ਰਹੀਆਂ ਨੇ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਗੋਲ ਸੈੱਟ ਕਰਕੇ ਔਰ ਜਿਹੜੇ ਮਰਦ ਨੇ ਉਹਨਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਔਰ ਉਹਨਾਂ ਨੂੰ ਵੀ ਗੋਲ ਸੈੱਟ ਕਰਨੇ ਚਾਹੀਦੇ ਨੇ ਇਹ ਨਾ ਹੋਏ ਕਿ ਇੱਕ ਤਬਕਾ ਫਿਰ ਰਹਿ ਜਾਏ ਦੋ ਵੀ ਰਲ ਮਿਲ ਕੇ ਟੁਰੋ ਤਾਕੇ ਪਾਕਿਸਤਾਨ ਤਰੱਕੀ ਕਰ ਸਕੇ ਹਮੇਸ਼ਾ ਦੀ ਤਰ੍ਹਾਂ ਜਾਂਦੀ ਯਾਰ ਫੇਰ ਕਵਾਂਗਾ ਕਿ ਲੈ ਓ ਯਾਰ ਹਵਾਲੇ ਰੱਬ ਦੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰੱਖਾ